ਸਤਿ ਸ਼੍ਰੀ ਅਕਾਲ, ਮੈਂ ਗੁਰਪ੍ਰੀਤ ਸਿੰਘ। ਮੁੱਦੇ ਕੀ ਬਾਤ ਦੇਖ ਰਹੇ ਹੋ ਤੁਸੀਂ? ਲੋਕ ਸਭਾ ਚੋਣਾਂ ਸਿਰ 'ਤੇ ਆ ਗਈਆਂ ਨੇ, ਇਸ ਵਾਰ ਤੈਅ ਹੈ ਪੰਜਾਬ ਦੇ ਵਿੱਚ ਝੁਰਮਟ ਪਏਗਾ। ਕਈ ਦੁਕਾਨਾਂ ਸੱਜ ਚੁੱਕੀਆਂ ਨੇ, ਪਾਰਟੀਆਂ ਆਲੂ ਤੋਲ ਰਹੀਆਂ ਨੇ। ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਅਕਾਲੀ ਦਲ ਟਕਸਾਲੀ, ਇਹਨਾਂ ਦੇ ਵੱਲੋਂ ਪੰਜਾਬ ਜਮਹੂਰੀ ਗੱਠਜੋੜ ਬਣਾਇਆ ਗਿਆ। ਬਹੁਜਨ ਸਮਾਜ ਪਾਰਟੀ ਵੀ ਨਾਲ ਹੈ। ਇਸ ਤੋਂ ਇਲਾਵਾ ਜੋ ਰਵਾਇਤੀ ਧਿਰਾਂ ਨੇ, ਕਾਂਗਰਸ, ਉਹ ਇਕੱਲੀ ਉਤਰੇਗੀ? ਅਕਾਲੀ ਭਾਜਪਾ ਹਮੇਸ਼ਾ ਦੀ ਤਰ੍ਹਾਂ ਇਕੱਠੇ ਜਾਣਗੇ? ਪਰ ਵੱਡਾ ਸਵਾਲ ਹੈ ਕਿ ਰਵਾਇਤੀ ਧਿਰਾਂ ਨੂੰ ਜੋ ਨਵੇਂ ਦਲ ਨੇ ਉਹ ਚੁਣੌਤੀ ਦੇ ਸਕਦੇ ਨੇ, ਕਿਉਂਕਿ ਮਹਾਂਗਠਜੋੜ ਦੀ ਜੇ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਮਹਾਂਗਠਜੋੜ ਨੂੰ ਲੈ ਕੇ ਕੀ ਜਮਹੂਰੀ ਕੀ ਜਿਹੜੀਆਂ ਨੇ ਪ੍ਰੈਕਟੀਕਲ ਦਿੱਕਤਾਂ ਕੀ ਹੈਗੀਆਂ? ਆਮ ਆਦਮੀ ਪਾਰਟੀ ਕਿਸੇ ਗੱਠਜੋੜ 'ਚ ਸ਼ਾਮਿਲ ਨਹੀਂ ਹੋ ਰਹੀ। ਉੱਧਰ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਿਲ ਰਹੇ ਦਲ ਵੀ ਇਸ ਵਾਰ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਕੀ ਮਹਾਂਗਠਜੋੜ ਪੰਜਾਬ 'ਚ ਤਿਆਰ ਹੋ ਸਕੇਗਾ? ਹਰ ਚੋਣ ਤੋਂ ਪਹਿਲਾਂ ਕੁਝ ਗੱਠਜੋੜ ਬਣਨੇ, ਕੁਝ ਸਮਝੌਤੇ ਹੋਣੇ ਆਮ ਨੇ। ਜਦੋਂ ਕੌਮੀ ਪੱਧਰ 'ਤੇ ਮਹਾਂਗਠਜੋੜ ਬਣ ਰਿਹਾ, ਉਦੋਂ ਪੰਜਾਬ 'ਚ ਵੀ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਚੋਣਾਂ 'ਚ ਝੁਰਮਟ ਪਾ ਸਕਦੀਆਂ ਨੇ। ਪੰਜਾਬ 'ਚ ਛੋਟੇ ਛੋਟੇ ਦਲ, ਜਿਨ੍ਹਾਂ 'ਚੋਂ ਕਈਆਂ ਨੇ ਆਪਣੀ ਮੌਜੂਦਗੀ ਅਤੇ ਤਾਕਤ ਅਜੇ ਸਾਬਿਤ ਕਰਨੀ ਹੈ, ਉਹ ਗੱਠਜੋੜ ਬਣਾ ਰਹੇ ਨੇ। ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਤੋਂ ਅਲੱਗ ਹੋ ਕੇ ਆਮ ਆਦਮੀ ਪਾਰਟੀ ਦਾ ਹੀ ਬਦਲ ਬਣਨ ਦੇ ਲਈ ਕਾਹਲੇ ਨੇ। ਇਸ ਦੇ ਨਾਲ ਕੁਝ ਹੋਰ ਦਲਾਂ ਨੂੰ ਜੋੜ ਕੇ ਪੰਜਾਬ 'ਚ ਮਜ਼ਬੂਤ ਚੁਣੌਤੀ ਦੇਣ ਦਾ ਦਾਅਵਾ ਕਰ ਰਹੇ ਨੇ। ਖਹਿਰਾ ਦੀ ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਬਸਪਾ ਤੇ ਅਕਾਲੀ ਦਲ ਟਕਸਾਲੀ ਇਕੱਠੇ ਹੋ ਚੁੱਕੇ ਨੇ। 7 ਸੀਟਾਂ ਤੇ ਸਹਿਮਤੀ ਵੀ ਹੋ ਚੁੱਕੀ ਹੈ, ਹਾਲਾਂਕਿ ਕਈ ਪੇਚ ਅਜੇ ਫਸੇ ਨੇ। ਬਰਗਾੜੀ ਇਨਸਾਫ ਮੋਰਚੇ ਦੇ ਦਲ ਵੀ ਚੋਣ ਲੜਨਾ ਚਾਹੁੰਦੇ ਨੇ। ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਵੀ ਮੈਦਾਨ 'ਚ ਹੈ, ਪਰ ਪੰਜਾਬ ਜਮਹੂਰੀ ਗੱਠਜੋੜ ਦੇ ਨਾਲ ਅਜੇ ਤੱਕ ਗੱਲਬਾਤ ਸਿਰੇ ਨਹੀਂ ਚੜ ਸਕੀ। ਪੰਜਾਬ 'ਚ ਸਿਰਫ 13 ਸੀਟਾਂ ਨੇ ਤੇ ਸੀਟਾਂ ਤੇ ਹਿੱਸੇਦਾਰੀ ਨੂੰ ਲੈ ਕੇ ਸਭ ਤੋਂ ਵੱਡੀ ਅੜਚਣ ਹੈ। ਅਜਿਹੇ ਹਾਲਾਤਾਂ 'ਚ ਪੰਜਾਬ ਜਮਹੂਰੀ ਗੱਠਜੋੜ ਦੇ ਵੱਲੋਂ ਮਹਾਂਗਠਜੋੜ ਦਾ ਰੂਪ ਲੈਣਾ ਥੋੜਾ ਔਖਾ ਦਿਖ ਰਿਹਾ ਹੈ, ਹਾਲਾਂਕਿ ਇਸ ਤੇ ਦਾਅਵੇਦਾਰੀਆਂ ਸ਼ੁਰੂ ਹੋ ਗਈਆਂ ਨੇ। ਭਗਵੰਤ ਮਾਨ ਦੀ ਜਿਹੜੀ ਵਿਚਾਰਧਾਰਾ ਮੈਂ ਦੇਖ ਲਈ ਆ, ਉਹ ਇੱਕ ਨਫ਼ਰਤ ਦੀ ਭਾਵਨਾ ਨਾਲ ਕੰਮ ਕਰ ਰਹੇ ਨੇ। ਅਸੀਂ ਕਿਸੇ ਨਾਲ ਨਫ਼ਰਤ ਦੀ ਭਾਵਨਾ ਨਾਲ ਕੰਮ ਨਹੀਂ ਕਿ ਫਲਾਨਾ ਉੱਥੇ ਤੇ ਮੈਂ ਨਹੀਂ ਜਾਣਾ, ਫਲਾਨਾ ਉੱਥੇ ਤੇ ਮੈਂ ਨਹੀਂ ਜਾਣਾ। ਉਹਨਾਂ ਦੀ ਜਿਹੜੀ ਸਾਰੀ ਸੋਚ ਆ ਉਹ ਪਰੋਕੀਅਲ ਤੇ ਨੈਰੋ ਤੇ ਬਹੁਤ ਸੌੜੀ ਸੋਚ ਦਾ ਸਬੂਤ। ਸਰ ਸੁਖਪਾਲ ਸਿੰਘ ਖਹਿਰਾ ਜੀ, ਉਹਨਾਂ ਦੀ ਆਪਾਂ ਜੇ ਗੱਲ ਕਰ ਲਈਏ, ਜੇ ਉਹ ਆਪ ਇਲੈਕਸ਼ਨ ਲੜਦੇ ਆਪਦੀ ਪਾਰਟੀ ਤੋਂ, ਉੱਥੋਂ ਜਿੱਤਦੇ ਤੇ ਲੋਕਾਂ ਦਾ ਬਾਕੀਆਂ ਦਾ ਮਨ ਵੀ ਖੜਦਾ, ਉਹਨਾਂ ਦਾ ਆਪਦਾ ਮਨ ਹੀ ਆਪਦੀ ਪਾਰਟੀ ਦੇ ਉੱਪਰ ਨਹੀਂ ਖੜ ਰਿਹਾ ਹੈਗਾ ਤੇ ਲੋਕਾਂ ਦਾ ਮਨ ਕਿਵੇਂ ਖੜੇਗਾ? ਮਾਨ ਜਿਹੜਾ ਵਾ ਮੇਰੇ ਕੋਲ ਆਇਆ, 2 ਵਾਰ ਬਲਕਿ ਆਇਆ ਸੀ ਉੱਥੇ ਅੰਮ੍ਰਿਤਸਰ ਘਰ, ਤੇ ਮੈਂ ਉਹਨੂੰ ਕਿਹਾ ਸੀ ਵੀ ਅਸੀਂ ਜਿਹੜੇ ਬੰਦੇ ਕਾਂਗਰਸ ਦੇ ਨਾਲ ਜਾਂ ਬਾਦਲਾਂ ਦੇ ਨਾਲ ਕੋਈ ਸਮਝੌਤਾ ਕਰਦੇ ਆ, ਜਾਂ ਹਿੰਦੁਸਤਾਨ ਦੇ ਵਿੱਚ ਵੀ ਕਾਂਗਰਸ ਕਿਸੇ ਹੋਰ ਪਾਰਟੀ ਦੇ ਨਾਲ ਸਮਝੌਤਾ ਕਰਦੇ ਆ, ਅਸੀਂ ਉਹਨਾਂ ਦੇ ਨਾਲ ਸਮਝੌਤਾ ਨਹੀਂ ਕਰਦੇ। ਦਰਅਸਲ ਸਿੱਖ ਫਰੰਟ ਤੇ ਅਕਾਲੀ ਦਲ ਦੀ ਨਾਕਾਮੀ ਤੇ ਸਿੱਖਾਂ ਦੀ ਅਕਾਲੀ ਦਲ ਦੇ ਨਾਲ ਨਾਰਾਜ਼ਗੀ ਨੂੰ ਦੇਖਦੇ ਹੋਏ ਕਈ ਧਿਰਾਂ ਅਕਾਲੀਆਂ ਦਾ ਬਦਲ ਬਣ ਕੇ ਇਸ ਵੋਟ ਬੈਂਕ ਤੇ ਖੇਡਣਾ ਚਾਹੁੰਦੀਆਂ ਨੇ, ਪਰ ਇਹਨਾਂ ਦਾ ਆਪਸ ਤੇ ਸਮਝੌਤਾ ਹੋਣਾ ਵੱਡੀ ਚੁਣੌਤੀ ਹੈ। ਬਰਗਾੜੀ ਇਨਸਾਫ ਮੋਰਚੇ ਦੀਆਂ ਧਿਰਾਂ ਵੀ ਇਸ ਹੋੜ 'ਚ ਨੇ, ਪਰ PDA ਜਾਂ ਪੰਜਾਬ ਜਮਹੂਰੀ ਗੱਠਜੋੜ ਦੇ ਨਾਲ ਦਾਲ ਗਲਣੀ ਔਖੀ ਹੈ। ਉਧਰ ਲਗਾਤਾਰ ਜਿੱਤਾਂ ਤੇ ਅਕਾਲੀ ਦਲ ਦੀ ਮਾੜੀ ਹਾਲਤ ਨੂੰ ਭਾਂਪਦੇ ਹੋਏ ਕਾਂਗਰਸ ਇਕੱਲੀ ਮੈਦਾਨ 'ਚ ਉਤਰੇਗੀ। ਇਸ ਵਾਰ ਕਾਂਗਰਸ ਦੇ ਉਮੀਦਵਾਰ ਵੀ ਨਵੇਂ ਚਿਹਰੇ, ਨਵੀਂ ਊਰਜਾ ਵਾਲੇ ਹੋ ਸਕਦੇ ਨੇ। ਕਹਿੰਦੇ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਸੀ ਸਰਕਾਰ ਬਣਾ ਕੇ ਛੱਡਾਂਗੇ, ਵੀ ਸਰਕਾਰ ਬਣਾ ਕੇ ਛੱਡਣੀ ਹੈ ਅਸੀਂ। ਇਹਨਾਂ ਦੀ ਹਮੇਸ਼ਾ ਲੜਾਈ ਰਹੀ ਹੈ, ਤਾਂ BJP ਨੇ ਇਕੱਠੇ ਹੋ ਕੇ ਵਿੱਚ ਬਚਾਈ ਰੱਖਿਆ। ਪਰ ਨਿਸ਼ਾਨਾ ਇੱਕ ਰਹੀ ਹੈ ਕਿ ਆਪਾਂ ਬਦਲਾ ਲੈਣਾ, 13 ਦੀਆਂ 13 ਸੀਟਾਂ ਜਿੱਤਦੇ ਇਹ 47 ਰਾਜੇ ਨੂੰ ਸਬਕ ਸਿਖਾਉਣਾ ਤੇ ਕਾਂਗਰਸ ਸਬਕ ਸਿਖਾਉਣਾ।
ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ 'ਚ ਨਵੇਂ ਬਦਲ ਦੇ ਲਈ ਜ਼ਮੀਨ ਹੈ, ਪਰ ਉਸ ਜ਼ਮੀਨ 'ਤੇ ਮਜ਼ਬੂਤੀ ਦੇ ਨਾਲ ਆਪਣੇ ਮਤਭੇਦ ਦੂਰ ਕਰਕੇ ਸਭ ਦਾ ਇਕੱਠਾ ਹੋਣਾ ਵੀ ਓਨਾ ਹੀ ਜ਼ਰੂਰੀ ਹੈ। ਨਹੀਂ ਤਾਂ ਮਜ਼ਬੂਤ ਰਵਾਇਤੀ ਧਿਰਾਂ ਦੇ ਸਾਹਮਣੇ ਟਿਕਣਾ ਵੱਡੀ ਸਮੱਸਿਆ ਹੈ। ਪੰਜਾਬ ਜਮਹੂਰੀ ਗੜਚੋੜ ਇਸ ਦੇ ਵਿੱਚ ਕਿੰਨਾ ਕਾਮਯਾਬ ਹੁੰਦਾ ਹੈ ਇਹ ਦੇਖਣਾ ਪਏਗਾ। ਲੁਧਿਆਣਾ ਤੋਂ ਤਪਿਨ ਮਲਹੋਤਰਾ, ਦੇਵਾਨੰਦ ਤੇ ਪਰਮਵੀਰ ਰਿਸ਼ੀ, ਜ਼ੀ ਮੀਡੀਆ। ਸੋ ਇਹ ਕੁਝ ਸੂਰਤ ਹਾਲ ਹੈ ਪੰਜਾਬ ਦਾ ਫਿਲਹਾਲ ਤੱਕ। ਅੱਗੇ ਕੀ ਬਣਦਾ, ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਫੀ ਤਸਵੀਰ ਸਾਫ਼ ਹੋਏਗੀ। ਇਸ ਦੇ ਨਾਲ ਜੁੜੇ ਹੋਏ ਕੁਝ ਸਵਾਲ ਨੇ ਉਹਨਾਂ 'ਤੇ ਇੱਕ ਵਾਰ ਨਜ਼ਰ ਮਾਰ ਲਈਏ ਕਿ ਪੰਜਾਬ 'ਚ ਰਵਾਇਤੀ ਪਾਰਟੀਆਂ ਦੇ ਮਹਾਂਗਠਜੋੜ ਜੋ ਬਣ ਰਿਹਾ ਹੈ ਰਵਾਇਤੀ ਪਾਰਟੀਆਂ ਦੇ ਖਿਲਾਫ਼, ਉਹ ਸਿਆਸੀ ਸਮੀਕਰਨ ਬਦਲੇਗਾ। ਪੰਜਾਬ 'ਚ ਮਹਾਂਗਠਜੋੜ ਕਾਂਗਰਸ ਦੇ ਲਈ ਕਿੰਨੀ ਚੁਣੌਤੀ ਹੋ ਸਕਦਾ ਹੈ, ਇਹ ਅਗਲਾ ਸਵਾਲ ਹੈ। ਮਹਾਂਗਠਜੋੜ ਦੀ ਸਥਿਤੀ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਧਾਰ 'ਤੇ ਕੀ ਅਸਰ ਪਏਗਾ। ਦਰਸ਼ਕਾਂ ਤੋਂ ਸਵਾਲ ਹੈ ਇਸ ਦੇ ਨਾਲ ਜੁੜਿਆ ਹੈ ਕਿ ਪੰਜਾਬ 'ਚ ਰਵਾਇਤੀ ਪਾਰਟੀਆਂ ਦੇ ਖਿਲਾਫ਼ ਮਹਾਂਗਠਜੋੜ ਸਿਆਸੀ ਸਮੀਕਰਨ ਬਦਲ ਸਕਦਾ ਹੈ, ਹਾਂ ਜਾਂ ਨਾ ਦੇ ਵਿੱਚ ਆਪਣੇ ਜਵਾਬ 5755 'ਤੇ SMS ਦੇ ਰਾਹੀਂ ਭੇਜ ਸਕਦੇ ਹੋ। ਹਾਂ ਦੇ ਲਈ ZPHH SPACE Y, ਨਾਂ ਦੇ ਲਈ ZPHH SPACE N। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਰਾਏ, ਵਿਚਾਰ, ਕੋਈ ਸਵਾਲ ਸਾਂਝਾ ਕਰ ਸਕਦੇ ਹੋ। ਨੰਬਰ ਤੁਹਾਡੇ ਸਾਹਮਣੇ ਫਲੈਸ਼ ਹੋ ਰਿਹਾ, ਨੰਬਰ ਨੋਟ ਕਰਕੇ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ। ਸਵਾਲ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਖਿਲਾਫ਼ ਮਹਾਂਗਠਜੋੜ ਸਿਆਸੀ ਸਮੀਕਰਨ ਬਦਲ ਸਕਦਾ, ਇੰਨੀ ਬੁੱਕਤ ਰੱਖਦਾ ਹੈ ਕਿ ਸਿਆਸੀ ਸਮੀਕਰਨ ਬਦਲੇਗਾ, ਇਸ 'ਤੇ ਤੁਹਾਡੀ ਕੀ ਰਾਏ ਹੈ, ਹਾਂ ਜਾਂ ਨਾ ਦੇ ਵਿੱਚ ਆਪਣੀ ਰਾਏ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ 5755 'ਤੇ SMS ਕਰਕੇ। ਕਈ ਖਾਸ ਮਹਿਮਾਨ ਇਸੇ ਮੁੱਦੇ 'ਤੇ ਵਿਚਾਰ ਚਰਚਾ ਦੇ ਲਿਆ ਅੱਜ ਸਾਡੇ ਨਾਲ ਮੌਜੂਦ ਨੇ। ਕਾਂਗਰਸ ਦਾ ਪੱਖ ਰੱਖਣ ਦੇ ਲਈ ਗੁਰਿੰਦਰ ਸਿੰਘ ਬਾਲੀ ਹੋਣਗੇ, ਭਾਰਤੀ ਜਨਤਾ ਪਾਰਟੀ ਤੋਂ ਹਰਜੀਤ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਤੋਂ ਕੈਪਟਨ ਵਿਕਰਮਜੀਤ ਸਿੰਘ ਨੇ, ਬੂਟਾ ਸਿੰਘ ਬਰਾਗੀ ਪੰਜਾਬੀ ਏਕਤਾ ਪਾਰਟੀ ਤੋਂ ਨੇ, ਅਤੇ ਸੀਨੀਅਰ ਪੋਲੀਟੀਕਲ ਐਨਾਲਿਸਟ ਨੇ ਪ੍ਰੋਫੈਸਰ ਰੌਣਕੀ ਰਾਮ। ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰੋਫੈਸਰ ਸਾਹਿਬ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ, ਅੱਜ ਕਿਵੇਂ ਦੇਖਦੇ ਹੋ ਜਿਵੇਂ ਪੰਜਾਬ ਦੇ ਵਿੱਚ ਇਕੁਏਸ਼ਨਸ ਬਣ ਰਹੀਆਂ ਨੇ? ਇੱਕ ਠੀਕ ਹੈ, ਇੱਕ ਚਰਚਾਵਾਂ ਜੋ ਮੀਡੀਆ ਦੇ ਵਿੱਚ ਹੋ ਰਹੀਆਂ ਹੈ, ਆਹ ਗੜਚੋੜ ਬਣ ਰਿਹਾ ਜਾਂ ਉਹ ਗੜਚੋੜ ਬਣ ਰਿਹਾ, ਉਹ ਇੱਕ ਅਲੱਗ ਮੁੱਦਾ ਹੈ। ਜ਼ਮੀਨ 'ਤੇ ਕੀ ਚੀਜ਼ ਕਾਰਗਰ ਹੁੰਦੀ ਤੁਹਾਨੂੰ ਦਿਖ ਰਹੀ ਹੈ, ਉਹਦੇ 'ਚ ਇਤਿਹਾਸਕ ਪਰਿਪੇਖ ਵੀ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਿਆ ਜਾਵੇ, ਅਤੇ ਵਰਤਮਾਨ ਸਥਿਤੀਆਂ ਕੀ ਹੈ ਉਹ ਵੀ? ਗੁਰਪ੍ਰੀਤ ਜੀ, ਦੇਖੋ ਪੰਜਾਬ ਦੇ ਵਿੱਚ ਅਗਰ ਆਪਾਂ ਪਿਛਲੇ ਕੋਈ 3 ਦਹਾਕਿਆਂ ਤੋਂ ਨਜ਼ਰ ਮਾਰੀਏ, ਜ਼ਿਆਦਾ ਲੰਬਾ ਪਿੱਛੇ ਨਹੀਂ ਜਾਵਾਂਗੇ ਆਪਾਂ, ਵੈਸੇ ਤਾਂ 2 ਦਹਾਕੇ 'ਚ ਲਵਾਂਗੇ ਤਾਂ ਉਹ ਜ਼ਿਆਦਾ ਅੱਛਾ ਰਹੇਗਾ। ਜੇ ਆਪਾਂ ਨਿਗਾਹ ਮਾਰੀਏ ਤਾਂ ਪੰਜਾਬ ਦੇ ਵਿੱਚ ਮੌਕੇ ਦੇ ਉੱਤੇ, ਵੱਖ ਵੱਖ ਮੌਕੇ ਦੇ ਉੱਤੇ, ਸਮੇਂ ਦੇ ਉੱਤੇ ਇਸ ਤਰ੍ਹਾਂ ਹੋਇਆ ਹੈ ਕਿ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਪਹਿਲਾਂ ਤਾਂ ਇਹ ਸੀਗਾ ਕਿ 5 ਸਾਲ ਪਾਰਟੀ ਹੈ, ਉਸ ਤੋਂ ਬਾਅਦ 5 ਸਾਲ ਅਪੋਜੀਸ਼ਨ ਪਾਵਰ 'ਚ, ਪਾਵਰ ਵਾਲੀ ਅਪੋਜੀਸ਼ਨ ਹੁੰਦੀ ਰਹੀ ਹੈ, ਲੇਕਿਨ ਕੋਸ਼ਿਸ਼ ਹੋਈ ਹੈ ਕਿ ਇਹਨਾਂ ਨੂੰ ਕੋਈ ਨਵਾਂ ਬਦਲ ਦਿੱਤਾ ਜਾਵੇ, ਪਰ ਕੋਈ ਗੱਲ ਬਣੀ ਨਹੀਂ। ਇਹ ਲੋਕਾਂ ਨੇ ਪਹਿਲੀ ਵਾਰ ਇੱਕ
ਆਪਣਾ ਇਜ਼ਹਾਰ ਕੀਤਾ ਆਪਣਾ ਰੋਸ, ਅਤੇ ਜਦੋਂ ਚੇਂਜ ਆਈ ਦਿੱਲੀ ਵਿੱਚ, ਇੱਥੇ ਵੀ ਉਹ ਪਾਰਟੀ ਦਾ ਉਦੇ ਹੋਇਆ, ਅਤੇ ਕੋਸ਼ਿਸ਼ ਇਹ ਸੀਗੀ ਕਿ ਪੰਜਾਬ ਨੂੰ ਇੱਕ ਨਵਾਂ ਜਿਹੜਾ ਸੁਪਨਾ ਹੈ ਲੋਕਾਂ ਦਾ ਉਹ ਸਾਕਾਰ ਹੋਵੇ। ਹੁਣ ਦੈਟ ਵਾਜ਼ ਏ ਓਪਰਚੁਨਿਟੀ ਫਾਰ ਏ ਥਰਡ ਅਲਟਰਨੇਟਿਵ, ਲੇਕਿਨ ਹੋਇਆ ਕਿ ਉਹ ਸੁਪਨਾ ਸਾਕਾਰ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਉੱਥੋਂ ਨਿਰਾਸ਼ਾ ਹੋਈ। ਉਹਦੇ ਕਾਰਨ ਦੇ ਵਿੱਚ ਆਪਾਂ ਜਾਵਾਂਗੇ ਤਾਂ ਬੜਾ ਟਾਈਮ ਲੱਗੇਗਾ। ਲੋਕ ਚਾਹੁੰਦੇ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਕਰਪਸ਼ਨ ਜਿਹੜੀ ਹੈਗੀ ਆ ਜਾਂ ਇੱਕ ਸੁਹਿਰਦਤਾ ਦੇ ਨਾਲ ਉਹਨਾਂ ਨੂੰ ਗਵਰਨੈਂਸ ਦਾ ਟੇਸਟ ਮਿਲੇ ਇਸ ਨਵੇਂ ਸਮੀਕਰਨ 'ਚੋਂ। ਪਰ ਜਦੋਂ ਜਦੋਂ ਇਲੈਕਸ਼ਨ ਆਉਣਾ ਸੀਗਾ ਪਿਛਲਾ ਵਿਧਾਨ ਸਭਾ ਦਾ, ਉਸ ਤੋਂ ਪਹਿਲਾਂ ਹੀ ਹਾਲਾਤ ਖਰਾਬ ਹੋ ਗਏ, ਉਹ ਨਿਰਾਸ਼ ਹੋਏ। ਉਹ ਨਿਰਾਸ਼ੀ ਦੇ ਨਾਲ ਬਹੁਤਾ ਅਪੋਜੀਸ਼ਨ ਨਹੀਂ ਹੋਈ, ਬਹੁਤਾ ਮੁਜ਼ਾਹਰੇ ਨਹੀਂ ਹੋਏ, ਲੇਕਿਨ ਲੋਕਾਂ ਨੇ ਚੁੱਪ ਚੁਪੀਤੇ ਆਪਣੀ ਰਾਏ ਬਦਲੀ। ਉਹਦੇ 'ਚੋਂ ਮੁੜ ਕੇ ਫਿਰ ਲੋਕਾਂ ਨੂੰ ਉਹ ਕਰਨਾ ਪਿਆ ਜਿਹੜਾ ਉਹ ਦੋ ਦਹਾਕੇ ਪਹਿਲਾਂ ਲਗਾਤਾਰ, ਉਸ ਤੋਂ ਪਹਿਲਾਂ ਲਗਾਤਾਰ ਹੀ ਚੱਲਦਾ ਸੀਗਾ ਕਿ ਦੇ ਚੂਜ਼ ਕਾਂਗਰਸ ਔਰ ਬੀਜੇਪੀ ਅਕਾਲੀ, ਬੀਜੇਪੀ ਅਕਾਲੀ ਜਾਂ ਫਿਰ ਉਹਦੇ ਅਗੇਂਸਟ ਕਾਂਗਰਸ, ਇਹ ਹਾਲਾਤ ਬਣੇ। ਲੇਕਿਨ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ PPP ਉੱਠੀ, ਹੋਰ ਪਾਰਟੀਆਂ ਦਾ ਹੋਇਆ। ਹੁਣ ਸ਼ਾਇਦ ਇਹ ਲੱਗ ਰਿਹਾ ਹੈ ਜਿਹੜਾ ਹੁਣ ਮਹਾਂਗਠਬੰਧਨ ਜੋੜ ਹੋ ਰਿਹਾ ਹੈ, ਇਹ ਸਾਰੀਆਂ ਵੱਖ ਵੱਖ ਧਿਰਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਚਾਹੇ ਉਹ ਪੰਜਾਬ ਏਕਤਾ ਪਾਰਟੀ ਆ, ਪੰਜਾਬ ਮੰਚ ਹੈਗਾ, ਆਪਣੇ ਬੈਂਸ ਬ੍ਰਦਰ ਜੀ ਹੈਗੇ ਨੇ, ਬਸਪਾ ਹੈਗੀ ਆ, ਟਕਸਾਲੀ ਅਕਾਲੀ ਹੈਗੇ ਆ। ਇਹ ਮੈਨੂੰ ਲੱਗਦਾ ਕਿ ਇਹਦੇ 'ਚ ਕੋਈ ਨਵਾਂ ਬਦਲ ਨਹੀਂ ਹੈਗਾ, ਇਹ ਸਾਰੇ ਜਿਹੜੇ ਇਕੱਠ ਜੁੜ ਇਕੱਠਾ ਹੋ ਰਿਹਾ, ਇਹ ਕੋਈ ਨਵੀਂ ਪੋਲੀਟਿਕਸ ਵਿੱਚ ਪਿਰਤ ਨਹੀਂ ਹੈਗੀ। ਇਹ ਵੱਖ ਵੱਖ ਤਰ੍ਹਾਂ ਦੀਆਂ ਆਲਰੇਡੀ ਪੰਜਾਬ ਦੇ ਵਿੱਚ ਰਾਜਨੀਤਿਕ ਜੋ ਫੋਰਸਿਸ ਨੇ, ਰਾਜਨੀਤਿਕ ਜੋ ਧਿਰਾਂ ਨੇ, ਉਹਨਾਂ ਦੇ ਵਿੱਚ ਹੀ ਕਿਤੇ ਰਹੇ ਨੇ। ਤੁਸੀਂ ਇਤਿਹਾਸ ਦੇਖ ਲਓ, ਜੇ ਤੁਸੀਂ ਟਕਸਾਲੀ ਅਕਾਲੀ ਦਲ ਦੇਖੋਗੇ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਦੀ ਇਹ ਮਨਸਾ ਹੈ ਕਿ ਲੋਕ ਚਾਹੁੰਦੇ ਨੇ ਬਦਲ ਹੋਣਾ, ਬਿਲਕੁਲ ਲੋਕ ਚਾਹੁੰਦੇ ਨੇ, ਇਹਨਾਂ ਦੀ ਮਨਸਾ ਬਿਲਕੁਲ ਠੀਕ ਹੈ, ਇਹਨਾਂ ਦਾ ਖਿਆਲ ਬਿਲਕੁਲ ਠੀਕ ਹੈ ਕਿ ਲੋਕ ਇਸ ਬਦਲ ਨੂੰ ਨਵਾਂ ਬਦਲ ਦੇ ਤੌਰ 'ਤੇ ਮੰਨਣ ਨੂੰ ਤਿਆਰ ਹੋਣਗੇ, ਇਹ ਦੇਖਿਆ ਜਾਵੇਗਾ ਇਲੈਕਸ਼ਨ ਵਿੱਚ। ਠੀਕ ਹੈ, ਕਿਉਂਕਿ ਲੋਕਾਂ ਦੀ ਇਹ ਮਨਸਾ ਤਾਂ ਹੈ, ਪਰ ਇਹ ਜਿਹੜਾ ਬਦਲ ਉੱਠ ਕੇ ਆਇਆ ਲੋਕਾਂ ਤੱਕ, ਕਿ ਇਹ ਉਸ ਤਰ੍ਹਾਂ ਦਾ ਨਵਾਂ ਬਦਲ ਹੈ ਜੋ ਲੋਕ ਚਾਹੁੰਦੇ ਨੇ? ਐਸਾ ਤਾਂ ਨਹੀਂ ਹੈ ਕਿ ਲੋਕ ਤਾਂ ਚਾਹ ਰਹੇ ਨੇ ਕਿ ਕਾਂਗਰਸ ਬੀਜੇਪੀ ਕਾਲੀ ਤੋਂ। ਪ੍ਰੋਫੈਸਰ ਸਾਹਿਬ, ਮੈਂ ਅੱਗੇ ਵੀ ਵਧ ਰਿਹਾ ਹਾਂ, ਇੱਕ ਸਪਲੀਮੈਂਟਰੀ ਜਿਹਾ ਸਵਾਲ ਹੈ ਇਹਦੇ ਨਾਲ ਜੁੜਿਆ ਹੈ। ਇਹ ਜਿੰਨਾ ਵੀ ਗਠਜੋੜ ਬਣ ਰਿਹਾ ਹੈਗਾ, PDA ਦੇ ਅਧੀਨ ਬਣ ਰਿਹਾ ਜਾਂ ਜਿਹਨੂੰ ਮਹਾਂਗਠਜੋੜ ਦੇ ਰੂਪ 'ਚ ਆਪਾਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਕੋਲ ਕੋਈ ਅਜਿਹਾ ਚਿਹਰਾ ਹੈ ਜਿਹੜਾ ਪੂਰੇ ਪੰਜਾਬ ਦੇ ਲਈ ਅਪੀਲਿੰਗ ਹੋਵੇ, ਜਿਹਦੀ ਅਪੀਲ ਮਾਲਵੇ 'ਚ ਵੀ ਓਨੀ ਹੋਵੇ, ਮਾਝੇ ਦੁਆਬੇ 'ਚ ਵੀ ਓਨੀ ਹੋਵੇ? ਦੇਖੋ ਇਹਨਾਂ ਦੇ ਪਾਸ ਅਗਰ ਪਾਸ ਕੋਈ ਚਿਹਰਾ ਹੈ, ਚਿਹਰੇ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਹਨਾਂ ਦੇ ਸਾਰੇ ਗਠਜੋੜਾਂ ਦਾ, ਵੱਖ ਵੱਖ ਧਿਰਾਂ ਦਾ ਕੋਈ ਕਾਮਨ ਫਲਸਫਾ ਹੋਵੇ, ਕੋਈ ਕਾਮਨ ਆਈਡੀਓਲੋਜੀ ਹੋਵੇ, ਜਿਹੜੀ ਲੋਕਾਂ ਨੂੰ ਇਹ ਦੱਸੇ ਕਿ ਜੇ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਜਿਤਾਵਾਂਗੇ, ਤੁਸੀਂ ਸਾਨੂੰ ਉਹਨਾਂ ਸਾਰੇ ਸੰਕਟਾਂ ਤੋਂ ਕਿਵੇਂ ਬਾਹਰ ਕਰੋਗੇ, ਜਿਹੜੇ ਸੰਕਟ ਰਵਾਇਤੀ ਪਾਰਟੀਆਂ ਨੇ ਵਾਰ ਵਾਰ ਅਸੀਂ ਉਹਨਾਂ ਨੂੰ ਪਾਵਰ 'ਚ ਲਿਆਏ ਹਾਂ, ਸਾਡੇ ਦੂਰ ਨਹੀਂ ਕੀਤੇ। ਇੱਕ ਤਾਂ ਇਹਨਾਂ ਦਾ ਸਿਰਫ ਅਤੇ ਸਿਰਫ ਇਕੱਠੇ ਹੋਣਾ ਇਸ ਕਰਕੇ ਕਿ ਅਸੀਂ ਅਕਾਲੀ ਦਲ ਅਤੇ BJP ਜਾਂ ਕਾਂਗਰਸ ਨੂੰ ਨਹੀਂ ਅੱਗੇ ਹੋਣ ਦੇਵਾਂਗੇ, ਲੋਕਾਂ ਦੇ ਮਨ ਨਹੀਂ ਜਿੱਤੇਗਾ।
ਜਾਂ ਫਿਰ ਜਿਹੜਾ ਮਹਾਂਗਠਬੰਧਨ ਦੇਸ਼ ਦੇ ਲੈਵਲ 'ਤੇ ਬਣ ਰਿਹਾ ਕਿ ਅਸੀਂ ਇਕੱਲਾ ਇੱਕ ਪਾਰਟੀ ਨੂੰ ਉਠਾਉਣਾ ਹੈ, ਮੋਦੀ ਨੂੰ ਉਠਾਉਣਾ ਹੈਗਾ, ਅਤੇ ਲੋਕ ਚਾਹੁੰਦੇ ਨੇ ਉਹ ਤੁਸੀਂ ਪਹਿਲਾਂ ਆਪਣਾ ਦੱਸੋ ਕੀ ਕਰਨਾ ਚਾਹੁੰਦੇ ਹੋ। ਇਸ ਲਈ ਇਸ ਲਈ ਜੇ ਨਵਾਂ ਗਠਬੰਧਨ ਜੋ ਬਣਦਾ ਜਾ ਰਿਹਾ ਉਹਦੇ 'ਚ ਮੈਨੂੰ ਲੱਗਦਾ ਇੱਕ ਚਿਹਰਾ ਹੈ ਜੋ ਉੱਭਰ ਕੇ ਅੱਗੇ ਆ ਸਕੇ, ਉਹ ਹੈ ਡਾਕਟਰ ਧਰਮਵੀਰ ਗਾਂਧੀ। ਇਹ ਨਹੀਂ ਕਿ ਮੇਰੀ ਉਹਦੇ ਨਾਲ ਕੋਈ ਨੇੜਤਾ ਹੈਗੀ ਆ ਜਾਂ ਮੈਂ ਉਸ ਇੰਟਲੈਕਚੁਅਲ ਫੋਰਮ ਦੇ ਨਾਲ ਜੁੜਿਆ ਹੋਇਆ, ਇਸ ਤਰ੍ਹਾਂ ਨਹੀਂ ਹੈਗਾ। ਮੈਂ ਬਿਲਕੁਲ ਇੱਕ ਨਿੱਜੀ ਤੌਰ ਦੇ ਉੱਤੇ ਗੱਲ ਕਰਦਾ ਨਹੀਂ ਪੁੱਛ ਰਿਹਾ, ਇੰਟਲੈਕਚੁਅਲੀ ਡਾਕਟਰ ਸਾਹਿਬ ਚੰਗੇ ਹੋਣਗੇ, ਉਹਨਾਂ ਦਾ ਉਹਨਾਂ ਦੀ ਆਈਡੀਓਲੋਜੀ ਵਧੀਆ ਹੋਊਗੀ। ਮੈਂ ਪੁੱਛ ਰਿਹਾ ਮਾਸ ਲੀਡਰ ਕੌਣ ਹੈ ਜਿਹੜਾ ਮਾਸਿਸ ਦੇ ਵਿੱਚ ਉਨੀ ਅਪੀਲ ਰੱਖਦਾ ਹੈ। ਡਾਕਟਰ ਧਰਮਵੀਰ ਗਾਂਧੀ ਨੋ ਡਾਊਟ ਬਹੁਤ ਵਧੀਆ ਹੋ ਸਕਦੇ, ਪਰ ਮਾਸਿਸ ਦੇ ਵਿੱਚ ਜੇ ਅਪੀਲ ਦੀ ਗੱਲ ਆਊਗੀ ਤਾਂ ਆਪਾਂ ਇਸ ਚੀਜ਼ ਤੋਂ ਥੋੜ੍ਹਾ ਮੈਂ ਤਾਂ ਪਿੱਛੇ ਹਟੂੰਗਾ। ਦੇਖੋ ਬਿਲਕੁਲ ਬਿਲਕੁਲ ਇਸ ਲਈ ਮਾਸਿਸ ਦੇ ਵਿੱਚ ਜੇ ਕੋਈ ਅਪੀਲ ਰੱਖਦਾ ਹੈ ਲਾਰਜਰ ਲੈਵਲ 'ਤੇ, ਉਹ ਤਾਂ ਆਪਣੇ ਖਹਿਰਾ ਸਾਹਿਬ ਦੇ, ਕਿਉਂਕਿ ਖਹਿਰਾ ਜਿਹਨੂੰ ਪਿਛਲੇ ਸਮੇਂ ਤੋਂ ਉੱਠ ਕੇ ਹਰੇਕ ਜਗ੍ਹਾ ਦੇ ਉੱਤੇ ਜ਼ਬਰਦਸਤ ਆਵਾਜ਼ ਉਠਾਈ ਆ ਉਹਨਾਂ ਨੇ, ਬੂਟਾ ਸਿੰਘ ਬੈਰਾਗੀ ਦੀ ਕਹਾਣ ਉਹ 'ਤੇ ਆਵਾਜ਼ ਉਠਾਈ, ਉਹ ਤਾਂ ਨਿਕਲਦੀ ਪਈ ਹੈ। ਠੀਕ ਹੈ, ਜਸਵਿੰਦਰ ਸਿੰਘ ਰਾਜਾ ਲੋਕ ਇਨਸਾਫ ਪਾਰਟੀ ਤੋਂ ਵੀ ਜੁੜ ਚੁੱਕੇ ਆ ਸਾਡੇ ਨਾਲ। ਰਾਜਾ ਤੁਹਾਡੇ ਕੋਲ ਵੀ ਆਊਂਗਾ ਰਾਜਾ ਜੀ। ਬੂਟਾ ਸਿੰਘ ਬੈਰਾਗੀ ਸਾਹਿਬ, ਆਮ ਆਦਮੀ ਪਾਰਟੀ ਨੂੰ ਲੈ ਕੇ ਪਹਿਲਾਂ ਤਾਂ ਹੁਣ ਸਟੈਂਡ ਕੀ ਹੈ ਤੁਹਾਡਾ, ਇਹ ਥੋੜ੍ਹਾ ਜਿਹਾ ਮੈਂ ਕਲੀਅਰ ਕਰਨਾ ਚਾਹੁੰਦਾ। ਥੋੜ੍ਹੇ ਸ਼ਾਰਟ ਰੱਖਿਓ ਅੱਜ ਸਭ ਨੂੰ ਇਹ ਅਪੀਲ, ਰਿਐਕਸ਼ਨਸ ਥੋੜ੍ਹੇ ਸ਼ਾਰਟ ਰੱਖਿਓ ਕਮੈਂਟਸ। ਹਾਲੇ ਵੀ ਤੁਸੀਂ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਜੁੜੇ ਤੁਹਾਡੇ ਨਾਲ? ਨਹੀਂ ਦੇਖੋ ਜੀ, ਗੁਰਪ੍ਰੀਤ ਜੀ, ਸਾਨੂੰ ਕੋਈ ਇਤਰਾਜ਼ ਜੀ ਨਹੀਂ ਜੇ ਉਹ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਕਿਸੇ ਹਿਸਾਬ ਨਾਲ ਪਾਰਟ ਬਣਦੀ ਆ, ਕਿਉਂਕਿ ਸਾਡਾ ਜਿਹੜਾ ਬੇਸਿਕ ਮਕਸਦ ਉਹ ਇਹ ਆ ਵੀ ਪੰਜਾਬ ਨੂੰ ਜਿੰਨਾ ਸ਼ਕਤੀਆਂ ਨੇ ਬਰਬਾਦ ਕੀਤਾ ਵਾ ਉਹਨਾਂ ਸ਼ਕਤੀਆਂ ਨੂੰ ਹਰਾਇਆ ਜਾਵੇ। ਪਰ ਗੁਰਪ੍ਰੀਤ ਜੀ, ਮੈਂ ਪਰ ਨਾਲ ਹੀ ਤੁਸੀਂ ਇਹ ਕਹਿੰਦੇ ਹੋ ਵੀ ਪੰਜਾਬ ਨੂੰ ਧੋਖਾ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੇ, ਪੰਜਾਬ ਨੂੰ ਧੋਖਾ ਦਿੱਤਾ, ਪੰਜਾਬ ਦੇ ਪਾਣੀਆਂ 'ਤੇ ਸਟੈਂਡ ਨਹੀਂ ਲਿਆ, ਭਗਵੰਤ ਮਾਨ ਨੇ ਪੰਜਾਬ ਨੂੰ ਧੋਖਾ ਦਿੱਤਾ, ਔਰ ਤਮਾਮ ਤਰ੍ਹਾਂ ਦੀਆਂ ਸੁਖਪਾਲ ਸਿੰਘ ਖਹਿਰਾ ਨੂੰ ਹਟਾਉਣ ਦੇ ਵੇਲੇ ਜੋ ਸਾਰੇ ਐਪੀਸੋਡ ਹੋਏ, ਜੇ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਲੋੜ ਹੈ, ਤਾਂ ਫਿਰ ਤੁਹਾਡੇ ਪਹਿਲਾਂ ਵਾਲੇ ਬਿਆਨ ਹੈ ਉਹ ਕੰਟਰਡਿਕਟ ਕਰਦੇ ਉਹਨਾਂ 'ਤੇ ਲੋਕ ਫਿਰ ਸਵਾਲ ਮਨ ਦੇ ਵਿੱਚ ਜਿਹੜਾ ਸ਼ੰਕਾ ਹੈ ਨਾ ਵੋਟਰ ਦੇ 'ਚ ਪੈਦਾ ਹੋਣਾ ਉਹ ਬੜਾ ਉਹ ਨਹੀਂ। ਗੁਰਪ੍ਰੀਤ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਇਹਨਾਂ ਨੇ ਪੰਜਾਬ ਦੇ ਪਾਣੀਆਂ 'ਤੇ ਕੋਈ ਵੀ ਆਪਦਾ ਸਟੈਂਡ ਕਲੀਅਰ ਨਹੀਂ ਕੀਤਾ, ਪੰਜਾਬ ਦੇ ਜਿੰਨੇ ਵੀ ਮਸਲਾਤ ਸੀਗੇ ਉਹਨਾਂ 'ਤੇ ਕੋਈ ਸਟੈਂਡ ਕਲੀਅਰ ਨਹੀਂ ਕੀਤਾ। ਪਰ ਮੈਂ ਇੱਥੇ ਸਬਮਿਟ ਕਰਨਾ ਚਾਹੁੰਦਾ, ਦਿਸ ਇਲੈਕਸ਼ਨ ਇਜ਼ ਦਾ ਪਾਰਲੀਮੈਂਟ ਇਲੈਕਸ਼ਨ, ਅਤੇ ਇਹਨਾਂ ਦੀ ਜੇ ਪਾਰਟੀਸਪੇਸ਼ਨ ਹੈ ਤਾਂ ਉਹ ਬੜੀ ਲਿਮਿਟਡ ਹੋਊਗੀ। ਜਿਵੇਂ 17 ਦੇ ਵਿੱਚ ਪੰਜਾਬੀਆਂ ਨੇ ਪਿਆਰ ਦਿੱਤਾ ਸੀ, ਉਸ ਲੈਵਲ 'ਤੇ ਬਿਲਕੁਲ ਵੀ ਨਹੀਂ ਗਈ। ਇੱਕ ਲਿਮਿਟਡ ਸੈਗਮੈਂਟ ਦੇ ਵਿੱਚ ਕੁਛ ਪਰਸੈਂਟੇਜ ਦੇ ਵਿੱਚ ਹੀ ਇਹ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਆ ਉਹਦੇ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੁੰਦੇ। ਗੁਰਪ੍ਰੀਤ ਜੀ, ਮੈਂ ਇੱਕ ਚੀਜ਼ ਬੜੀ ਕਹਿਣੀ ਚਾਹੁੰਦਾ ਇੱਥੇ, ਜੇ ਤੁਸੀਂ ਮੈਨੂੰ ਅਲਾਓ ਕਰੋ, ਤਾਂ ਉਹ ਇਹ ਆ ਵੀ ਦੇਖੋ ਹੁਣ ਪੰਜਾਬ ਦੇ ਵਿੱਚ ਪੋਲੀਟੀਕਲ ਟਰਾਂਸਫੋਰਮੇਸ਼ਨ ਦਾ ਇਰਾ ਚੱਲ ਰਿਹਾ ਵਾ, ਮੈਂ ਇਹਨੂੰ ਇਰਾ ਕਹਿ ਰਿਹਾ ਵਾਂ। ਅੱਜ ਜੇ ਮੈਂ ਪੰਜਾਬ ਨੂੰ ਗਲੋਬਲ ਲੈਵਲ 'ਤੇ ਕੰਪੇਅਰ ਕਰਾਂ, ਤੀਜੀ ਜਨਰੇਸ਼ਨ ਅੱਜ ਪੰਜਾਬ ਦੀ ਅਬਰੋਡ ਦੇ ਵਿੱਚ ਵੈਲ ਸੈਟਲ ਹੋ ਚੁੱਕੀ ਆ, ਜਿਹੜੀ ਪੰਜਾਬ ਦੇ ਦੁੱਖ ਸੁੱਖ ਦੀ ਭਾਗੀਦਾਰ ਬਣਨਾ ਚਾਹੁੰਦੀ ਆ, ਉਹ ਆਪਦੀਆਂ ਜਿਹੜੀਆਂ ਬੇਸਿਕ ਨੈਸੈਸਿਟੀ ਸੀਗੀਆਂ ਉਹ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਉਹ ਤਕਰੀਬਨ ਕੰਪਲੀਟ ਕਰ ਲਈਆਂ, ਅਤੇ ਇੱਕ ਜਨਰੇਸ਼ਨ ਉਹ ਅੱਜ ਪੰਜਾਬ ਦੇ ਵਿੱਚ ਜਿਹੜੀ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਵਿਦੇਸ਼ਾਂ ਨੂੰ ਕੂਚ ਕਰ ਰਹੀ ਆ ਮਜਬੂਰੀ ਬਸ, ਕਿਉਂਕਿ ਇੱਥੇ ਰੁਜ਼ਗਾਰ ਨਹੀਂ ਗਾ। ਅਤੇ ਇਹਦੇ ਨਾਲ ਮੈਂ ਜੋੜਨਾ ਚਾਹੁੰਦਾ, ਪਹਿਲਾਂ ਜਿਹੜੀ ਇਨਫੋਰਮੇਸ਼ਨ ਦਾ ਸੀਗਾ ਮੋਡ ਸੀ, ਮੀਨ ਸੀ, ਮੀਡੀਅਮ ਸੀ, ਉਹ ਬੜਾ ਸਲੋ ਸੀਗਾ, ਜਿੱਥੇ ਕਿਤੇ ਨਾ ਕਿਤੇ ਤੀਜੀ ਧਿਰ ਫਲੋਪ ਹੁੰਦੀ ਰਹੀ ਹੈ, ਕਿਉਂਕਿ ਜਿਹੜਾ ਮੈਸੇਜ ਇਸ ਲੈਵਲ 'ਤੇ ਕਨਵੇ ਹੋਣਾ ਹੁੰਦਾ ਸੀ ਉਹ ਨਹੀਂ ਸੀ ਹੁੰਦਾ। ਪਰ ਇਸ ਇਰਾ ਦੇ ਵਿੱਚ ਤੁਸੀਂ
ਇਹ ਇਨਫੋਰਮੇਸ਼ਨ ਦਾ ਫਲੋ ਆ। ਜੇ ਅਮਰੀਕਾ ਦੇ ਵਿੱਚ ਕਿਸੇ ਸਿਟੀ ਦੇ ਵਿੱਚ ਕੋਈ ਘਟਨਾ ਹੁੰਦੀ ਆ, ਬੂਟਾ ਸਿੰਘ ਬੈਰਾਗੀ ਅੱਜ ਸਾਡੇ ਕੈਪਟਨ ਵਿਕਰਮਜੀਤ ਸਿੰਘ ਆਮ ਆਦਮੀ ਪਾਰਟੀ ਦੇ ਕੈਪਟਨ ਸਾਹਿਬ ਪਹੁੰਚ ਜਾਂਦੀ ਆ। ਚਲੋ ਠੀਕ ਹੈ ਬੈਰਾਗੀ ਸਾਹਿਬ, ਅੱਜ ਥੋੜਾ ਛੋਟਾ ਕਮੈਂਟ ਸੀ ਰੱਖ ਪਾਉਂਗਾ ਮੈਂ ਕੈਪਟਨ ਵਿਕਰਮਜੀਤ ਸਿੰਘ। ਕੈਪਟਨ ਸਾਹਿਬ ਤੁਹਾਡੀਆਂ ਵਿਹਾਰਕ ਦਿੱਕਤਾਂ ਕੀ ਹੈ ਪੀਡੀਏ ਦੇ ਨਾਲ ਜੁੜਨ ਦੇ ਵੇਲੇ? ਉਹ ਤਾਂ ਹਾਲੇ ਵੀ ਬੂਟਾ ਸਿੰਘ ਬੈਰਾਗੀ ਦੀਆਂ ਵੀ ਤੁਸੀਂ ਗੱਲਾਂ ਸੁਣ ਲਈਆਂ, ਉਹਨਾਂ ਦੀਆਂ ਵੀ, ਉਹ ਹਾਲੇ ਵੀ ਹੱਥ ਖੋਲ੍ਹ ਕੇ ਰੈਡੀ ਨੇ। ਤੁਹਾਨੂੰ ਪਰੇਸ਼ਾਨੀ ਕੀ ਹੈ ਜੇ ਤੁਸੀਂ ਕਿਸੇ ਗੱਠਜੋੜ ਦਾ ਹਿੱਸਾ ਬਣਨੇ, ਕਿਉਂਕਿ ਤੁਸੀਂ ਕਾਂਗਰਸ ਦੇ ਨਾਲ ਗੱਲਬਾਤ ਚਲਾਈ ਹੈ, ਉਹ ਸਭ ਨੂੰ ਪਤਾ ਹੈ ਗੱਠਜੋੜ ਦੇ ਲਈ, ਪਰ ਉਹ ਸਿਰੇ ਨਹੀਂ ਚੜ੍ਹ ਸਕੀ, ਇਸ ਗੱਠਜੋੜ ਦੇ ਨਾਲ ਕੀ ਦਿੱਕਤਾਂ? ਨਹੀਂ ਦੇਖੋ, ਗੱਠਜੋੜ ਜਿਹੜਾ ਹੁੰਦਾ ਦੋ, ਇੱਕ ਬੜੇ ਹੀ ਇੱਕ ਕਿਸੇ ਮੁੱਦੇ 'ਤੇ ਆਈਡੀਓਲੋਜੀ 'ਤੇ ਹੁੰਦਾ। ਇੱਕ ਇਸ ਵੇਲੇ ਮੁੱਦਾ ਹੈਗਾ ਕਿ ਅਸੀਂ ਬੀਜੇਪੀ ਨੂੰ ਬਾਹਰ ਰੱਖਣਾ, ਔਰ ਦੂਜਾ ਇਹ ਹੈਗਾ ਕਿ ਕੋਈ ਬੇਸਿਕ ਆਈਡੀਓਲੋਜੀ ਸ਼ੇਅਰ ਕਰਨੀ ਹੈ। ਹੁਣ ਅਸੀਂ ਜਿਹੜੀਆਂ ਇਹ ਤੁਸੀਂ ਗੱਠਜੋੜ ਦੀ ਗੱਲ ਕਰ ਰਹੇ ਆ, ਜੋ ਖਹਿਰਾ ਸਾਹਿਬ ਕਹਿ ਰਹੇ ਆ ਜਾਂ ਟਕਸਾਲੀ ਅਕਾਲੀ ਕਰ ਰਹੇ ਨੇ, ਇਹ ਸਾਰੇ ਲੀਡਰ ਪੰਜਾਬ 'ਚ ਪਹਿਲਾਂ ਵੀ ਸੀ। ਬ੍ਰਹਮਪੁਰਾ ਸਾਹਿਬ ਦਾ 50 ਸਾਲ ਦਾ ਪੋਲੀਟੀਕਲ ਕੈਰੀਅਰ ਹੈ, ਸ਼ਾਇਦ ਜ਼ਿਆਦਾ ਹੀ ਹੋਵੇ। ਖਹਿਰਾ ਸਾਹਿਬ 20 ਸਾਲ ਤੋਂ ਇੱਥੇ ਨੇ। ਸੋ ਇਹ ਆਪਾਂ ਇਹ ਵੇਖ ਲਿਆ, ਜਿਵੇਂ ਰੌਣਕੀ ਰਾਮ ਜੀ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਹੋਰਾਂ ਦਾ ਵੀ ਉਦੋਂ ਜਦੋਂ ਇਹਨਾਂ ਨੇ PPP ਬਣਾਈ ਉਦੋਂ ਵੀ ਅਸੀਂ ਰਿਸਪੋਂਸ ਵੇਖਿਆ ਲੋਕਾਂ ਦਾ। ਜਿਹੜੀ ਇੱਕ ਪਾਰਟੀ ਨੂੰ ਖੜ੍ਹਾ ਕਰਨਾ, ਪਾਰਟੀ ਨੂੰ ਚਲਾਉਣਾ, ਇਹ ਇੱਕ ਬਹੁਤ ਸੈਪਰੇਟ ਬਾਲ ਗੇਮ ਹੈ। ਹੁਣ ਆਹ 3 ਮਹੀਨੇ ਪਹਿਲਾਂ ਆਪਾਂ ਪਾਰਟੀ ਖੜ੍ਹੀ ਕਰਕੇ ਇੱਕ ਆਪਾਂ ਅਲਾਇੰਸ ਕਰ ਲਈਏ ਅਤੇ ਅਸੀਂ ਆਖੀਏ ਵੀ ਜੀ ਸਾਡਾ ਗੱਠਜੋੜ ਹੈ, ਗੱਠਜੋੜ ਐਂ ਨਹੀਂ ਹੁੰਦੇ। ਗੱਠਜੋੜ ਵਾਸਤੇ ਟਾਈਮ ਵੀ ਚਾਹੀਦਾ, ਸ਼ੇਅਰਡ ਆਈਡੀਓਲੋਜੀ ਚਾਹੀਦੀ ਆ, ਕਾਮਨ ਮੈਨੀਫੈਸਟੋ ਚਾਹੀਦਾ, ਇਹ ਬਹੁਤ ਕੁਛ ਗੱਠਜੋੜ ਦੀ ਲੋੜ ਹੈ। ਦੂਸਰੀ ਗੱਲ ਜਿਹੜਾ ਤੁਸੀਂ ਪੁੱਛਿਆ ਸੰਕੋਚ ਦੀ ਗੱਲ, ਖਹਿਰਾ ਸਾਹਿਬ ਸਾਡੇ 'ਚੋਂ ਹੀ ਗਏ ਨੇ, ਪਾਰਟੀ ਨੇ ਉਹਨਾਂ ਨੂੰ ਬਹੁਤ ਇੱਜ਼ਤ ਮਾਣ ਦਿੱਤਾ, ਸਪੋਕਸਪਰਸਨ ਬਣਾਇਆ, ਚੀਫ ਸਪੋਕਸਪਰਸਨ ਬਣਾਇਆ, ਵਿਪ ਬਣਾਇਆ, ਲੀਡਰ ਆਫ ਦਾ ਅਪੋਜੀਸ਼ਨ ਬਣਾਇਆ। ਸੋ ਇਹਨਾਂ ਗੱਲਾਂ ਇੰਨਾ ਕੁਛ ਦੇਣ ਦੇ ਬਾਵਜੂਦ ਜੇ ਉਹ ਇਹੋ ਜਿਹਾ ਜਿਹੜਾ ਕੁਛ ਹੋਇਆ ਹੋ ਸਕਦਾ ਸੀ, ਤਾਂ ਫਿਰ ਦੁਬਾਰਾ ਉਹ ਗੱਠਜੋੜ 'ਚ ਕੀ ਨਵੀਂ ਗੱਲ ਆਏਗੀ? ਫਿਰ ਤਾਂ ਅਸੀਂ ਆਪਣੇ ਸਟੈਂਡ ਤੋਂ ਮੁੱਕਰ ਰਹੇ ਹਾਂ ਜਾਂ ਉਹ ਆਪਣੇ ਸਟੈਂਡ ਤੋਂ ਮੁੱਕਰ ਰਹੇ ਹਾਂ, ਅਤੇ ਇਹਦਾ ਇੱਥੋਂ ਕੀ ਜ਼ਾਹਿਰ ਹੋਏਗਾ ਕਿ ਗੱਠਜੋੜ ਸਿਰਫ ਪਾਵਰ ਲੈਣ ਵਾਸਤੇ ਹੀ ਆ? ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਇਹ ਬਿਲਕੁਲ ਨਹੀਂ ਕਹਿੰਦੀ। ਅਸੀਂ ਭਾਵੇਂ 20 MLA ਸਾਡੇ ਆਏ, 22 ਆਏ, 18 ਆਏ, ਜਿੰਨੇ ਵੀ ਆਏ, ਇਸ਼ੂ ਇਹ ਆ ਅਸੀਂ ਜਿਹੜੀ ਇਲੈਕਸ਼ਨ ਲੜੀ ਆ ਉਹ ਇਲੈਕਸ਼ਨ ਅਸੀਂ ਆਪਣੇ ਸਿਧਾਂਤ ਲੋਕ ਇਨਸਾਫ ਪਾਰਟੀ, ਅਸੀਂ ਕੋਈ ਜੋ ਰਵਾਇਤੀ ਪਾਰਟੀਆਂ ਕਰਦੀਆਂ ਅਸੀਂ ਪੈਸੇ ਨਹੀਂ ਵੰਡਦੇ। ਤੁਹਾਡਾ ਪੁਆਇੰਟ ਲੈ ਲਿਆ ਜੀ, ਖੈਰਾ ਸਾਹਿਬ ਨਾਲ ਕਿਉਂ ਨਹੀਂ ਗੱਠਜੋੜ ਹੋ ਸਕਦਾ? ਠੀਕ ਹੈ, ਲੋਕ ਇਨਸਾਫ ਪਾਰਟੀ ਤੋਂ ਜਸਵਿੰਦਰ ਸਿੰਘ ਰਾਜਾ। ਜਸਵਿੰਦਰ ਸਿੰਘ ਰਾਜਾ, ਤੁਹਾਡਾ ਗੱਠਜੋੜ ਹੋ ਰਿਹਾ, ਸਭ ਤੋਂ ਪਹਿਲਾਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦਾ ਹੋਣਾ ਬੜਾ ਜ਼ਰੂਰੀ ਹੈ। ਤੁਹਾਡੇ ਗੱਠਜੋੜ ਦਾ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਪ੍ਰੋਗਰਾਮ ਕੀ ਹੈ? ਸਭ ਤੋਂ ਪਹਿਲਾਂ ਤਾਂ ਇਹ ਕਿ ਬਹੁਜਨ ਸਮਾਜ ਪਾਰਟੀ ਤੁਸੀਂ ਨਾਲ ਜੋੜੀ ਹੈ, ਕਿ ਸਾਰੀਆਂ ਧਿਰਾਂ ਇਸ ਚੀਜ਼ ਦੇ ਲਈ ਰੈਡੀ ਨੇ ਜੋ ਮੰਗ ਬਹੁਜਨ ਸਮਾਜ ਪਾਰਟੀ ਕਰ ਰਹੀ ਹੈ, ਕਿ ਉੱਧਰ ਨੂੰ ਕਦਮ ਵਧਾਇਆ ਜਾ ਸਕੂਗਾ? ਫਿਰ ਬਹੁਜਨ ਸਮਾਜ ਪਾਰਟੀ ਦੀ ਮੁੱਖ ਮੰਗ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਮੰਨ ਕੇ, ਕੈਂਡੀਡੇਟ ਮੰਨ ਕੇ ਚੱਲੋ ਤਾਂ ਅਸੀਂ ਗੱਠਜੋੜ ਦੇ ਵਿੱਚ ਆਵਾਂਗੇ, ਇਹਦੇ 'ਤੇ ਰੈਡੀ ਹੋ ਤੁਸੀਂ, ਐਗਰੀ ਕਰਦੇ ਹੋ? ਗੁਰਪ੍ਰੀਤ ਜੀ, ਇਹਦੇ ਉੱਤੇ ਹਜੇ ਸਾਰੀਆਂ ਪਾਰਟੀਆਂ ਦੇ ਅਲਾਇੰਸ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਹੈ, ਕਿਉਂਕਿ ਦੇਖੋ ਚਰਚਾ ਜਿਹੜਾ ਮਤਲਬ ਫਿਰ ਇੱਥੋਂ ਹੀ ਨਾ ਇਹੀ ਸ਼ੰਕੇ ਪੈਦਾ ਹੋ ਜਾਂਦੇ, ਜੇ ਹਲੇ ਚਰਚਾ ਚੱਲ ਰਹੀ ਹੈ ਤਾਂ ਗੱਠਜੋੜ ਕਿਵੇਂ ਹੋ ਗਿਆ ਤੁਹਾਡਾ? ਫਿਰ ਸਹਿਮਤੀ ਕਿਵੇਂ ਬਣ ਗਈ 7 ਸੀਟਾਂ ਤੇ? ਗੁਰਪ੍ਰੀਤ ਜੀ, ਸਭ ਤੋਂ ਵੱਡੀ ਜਿਹੜੀ ਪਹਿਲੇ ਅੱਜ ਦੀ ਜਿਹੜੀ ਮੁੱਢਲੀ ਲੋੜ ਹੈ, ਜਿਹੜਾ ਡੈਮੋਕਰੇਟਿਕ ਅਲਾਇੰਸ ਬਣਿਆ ਜਾਂ ਜੋ ਵੀ ਬਣਿਆ, ਇਹ ਸਭ ਤੋਂ ਪਹਿਲਾਂ ਪੰਜਾਬ ਵਾਸਤੇ, ਪੰਜਾਬ ਦੇ ਹਿੱਤਾਂ ਵਾਸਤੇ ਬਣਿਆ, ਔਰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਬਣਿਆ, ਕਿਉਂਕਿ ਬਥੇਰੀਆਂ ਪਾਰਟੀਆਂ ਆਈਆਂ, ਬਥੇਰੇ ਅਲਾਇੰਸ ਬਣੇ, ਬਥੇਰੇ ਤੀਜੇ
ਗਰੁੱਪ ਉੱਪਰ ਕੇ ਆਏ, ਸਾਰਾ ਕੁਝ ਹੋਣ ਤੋਂ ਬਾਅਦ ਨਤੀਜਾ ਉੱਥੇ ਦਾ ਉੱਥੇ ਰਿਹਾ, ਜਾਂ ਅਕਾਲੀ ਜਾਂ ਕਾਂਗਰਸੀ ਉੱਥੇ ਤੱਕ। ਜਸਵਿੰਦਰ ਸਿੰਘ ਰਾਜਾ ਭਾਜੀ, ਇਹ ਗੱਲ ਹਰ ਦੂਜਾ ਬੰਦਾ ਕਹਿੰਦਾ ਹੈ, ਹਰੇਕ ਪੋਲੀਟੀਸ਼ੀਅਨ ਸਵੇਰੇ ਉੱਠ ਕੇ 10 ਵਾਰੀ ਇਹ ਗੱਲ ਕਹਿੰਦਾ ਹੈ, ਟੀਵੀ ਦੇ ਕੈਮਰਿਆਂ ਤੇ ਆ ਕੇ 100 ਵਾਰੀ ਦੁਹਰਾਉਂਦਾ, ਮੈਂ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ, ਪੰਜਾਬੀਆਂ ਵਾਸਤੇ ਹਾਂ। ਸਵਾਲ ਇਹ ਹੈ ਕਿ ਕੁਝ ਬੁਨਿਆਦੀ ਸਵਾਲ ਨੇ, ਪਹਿਲਾਂ ਤੁਹਾਨੂੰ ਉਹ ਹੱਲ ਕਰਨੇ ਪੈਣਗੇ। ਜੇ ਮਾਇਆਵਤੀ ਨੂੰ ਤੁਹਾਡੀ ਜਿਹੜੇ ਫਰੈਕਸ਼ਨਸ ਨੇ ਤੁਹਾਡੇ ਗੱਠਜੋੜ ਦੀਆਂ ਉਹ ਨਹੀਂ ਮੰਨਦੀਆਂ, ਤਾਂ ਫਿਰ ਗੱਠਜੋੜ ਨੂੰ ਲੈ ਕੇ ਤੁਸੀਂ ਇਹ ਪ੍ਰਚਾਰ ਕਿਵੇਂ ਕਰ ਰਹੇ ਹੋ ਕਿ 7 ਸੀਟਾਂ 'ਤੇ ਸਹਿਮਤੀ ਹੋ ਗਈ? ਪਹਿਲਾਂ ਤਾਂ ਮੈਨੂੰ ਇਹ, ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਬੜਾ ਕਲੀਅਰ ਸਟੈਂਡ ਸੀਗਾ ਜਿਸ ਦਿਨ ਮੈਂ ਸੁਣਿਆ, ਕਿ ਜੇ ਮਾਇਆਵਤੀ ਨੂੰ ਐਜ਼ ਅ ਪ੍ਰਾਈਮ ਮਿਨਿਸਟਰ ਕੈਂਡੀਡੇਟ ਤੁਸੀਂ ਲੈਂਦੇ ਹੋ ਤਾਂ ਅਸੀਂ ਤਿਆਰ ਹਾਂ। ਨਹੀਂ, ਅਸੀਂ ਤਿਆਰ ਨਹੀਂ ਹੈਗੇ। ਦੇਖੋ ਗੁਰਪ੍ਰੀਤ ਜੀ, ਇਹ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ, 2 ਮਹੀਨਿਆਂ ਤੱਕ ਲੋਕ ਸਭਾ ਦੀਆਂ ਚੋਣਾਂ ਨੇ, ਇਹ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ ਹੈ, ਔਰ ਉਹਦੇ 'ਚ ਕੋਈ ਨਾ ਕੋਈ ਚਿਹਰਾ ਚਾਹੀਦਾ, ਸਾਨੂੰ ਵੀ ਚਿਹਰਾ ਚਾਹੀਦਾ। ਅਸੀਂ ਪੰਜਾਬ ਦੀਆਂ 13 ਸੀਟਾਂ ਲੈ ਕੇ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਪ੍ਰਧਾਨ ਮੰਤਰੀ ਆਪਣਾ ਵਿੱਚੋਂ ਦੇਵਾਂਗੇ। ਦੇਸ਼ ਦੇ ਵੱਡੇ ਲੀਡਰ, ਵੱਡੀ ਪਾਰਟੀ ਦੇ ਵਿੱਚ ਕੋਈ ਨਾ ਕੋਈ ਲੀਡਰ ਤਾਂ ਆਊਗਾ ਉੱਪਰ ਕੇ, ਅਤੇ ਉਹਦੇ ਉੱਤੇ ਇੱਕ ਜਿਹੜਾ ਆਈਡੋਲੋਜੀ ਗੱਲ ਹੋ ਰਹੀ ਹੈ ਵੀ ਆਈਡੋਲੋਜੀ ਉਹਨਾਂ ਨਾਲ ਸਾਡੀ ਸਾਂਝੀ ਹੁੰਦੀ ਹੈ ਅਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਚਾਹੇ ਮਾਇਆਵਤੀ ਜੀ ਹੋਣ, ਉਹਨਾਂ ਦਾ ਮਾਇਆਵਤੀ ਜੀ ਅਗਰ ਚਿਹਰਾ ਬਣਦਾ ਹੈ, ਉਹ ਆਈਡੋਲੋਜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਖੜੇ ਹੁੰਦੇ ਨੇ, ਪੰਜਾਬ ਦੇ ਹਿੱਤ ਸਾਨੂੰ ਦਿੰਦੇ ਨੇ, ਅਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਕੋਈ ਇਲੈਕਸ਼ਨਾਂ ਤਾਂ ਲੜਨੀਆਂ, ਕੈਂਡੀਡੇਟ ਵੀ ਅਨਾਊਂਸ ਹੋਣੇ ਨੇ। ਨਹੀਂ, ਇਲੈਕਸ਼ਨ ਲੜਨਾ ਕੱਲ੍ਹ ਨੂੰ, ਪਰ ਬੜੇ ਵੱਡੇ ਸਵਾਲ ਨੇ ਨਾ ਰਾਜਾ ਜੀ, ਟਕਸਾਲੀ ਦੇ ਜਿਹੜੇ ਹੈ ਨੇ, ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਦੇ, ਸੇਵਾ ਸਿੰਘ ਸੇਜਵਾਲ ਨੇ, ਉਹ ਹਾਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੜੀ ਪ੍ਰੇਜ਼ ਕਰਦੇ ਆ, ਉਹ ਕਹਿੰਦੇ ਉਹ ਉਹਨਾਂ ਵਰਗਾ ਪ੍ਰਧਾਨ ਮੰਤਰੀ ਨੂੰ ਕੋਈ। ਕੱਲ੍ਹ ਨੂੰ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਕਰਕੇ ਤੁਸੀਂ ਜਿੱਤ ਗਏ ਔਰ ਬ੍ਰਹਮਪੁਰਾ ਸਾਹਿਬ ਉੱਧਰ ਸਪੋਰਟ ਕਰਦੇ ਆ ਜਾ ਕੇ, ਫਿਰ ਮੈਂ ਸਪਸ਼ਟ ਕਰਦੇ ਹਾਂ ਜੀ, ਜਿਹੜੀ 7 ਸੀਟਾਂ ਦੀ ਗੱਲ ਹੋਈ ਹੈ ਜਾਂ ਜੋ ਵੀ ਅਨਾਊਂਸਮੈਂਟ ਬਣੀ ਹੈ, ਉਹ ਸਾਰੀ ਵਿਚਾਰ ਚਰਚਾ ਤੋਂ ਬਾਅਦ ਹੀ ਬਣੀ ਹੈ। ਜਿਹੜੀ ਹੁਣ ਉੱਭਰ ਕੇ ਗੱਲ ਆ ਰਹੀ ਹੈ, ਇੱਕ ਦੋ ਦਿਨ 'ਚ ਵੀ ਤੁਹਾਡੇ ਸਾਹਮਣੇ ਸਾਰਾ ਕਲੀਅਰ ਹੋ ਜਾਏਗਾ। ਚਲੋ ਠੀਕ ਹੈ, ਹਰਜੀਤ ਸਿੰਘ ਗਰੇਵਾਲ ਹੋ ਸਕਦੀ ਹੈ। ਚਲੋ ਠੀਕ ਹੈ, ਹਰਜੀਤ ਸਿੰਘ ਗਰੇਵਾਲ, ਗਰੇਵਾਲ ਸਾਹਿਬ ਕਿਵੇਂ ਦੇਖਦੇ ਹੁਣ ਇਸ ਤਮਾਮ ਗੱਲਾਂ ਤੁਹਾਡੇ ਸਾਹਮਣੇ? PDA ਜਾਂ ਮਹਾਂਗਠਜੋੜ ਜੋ ਬਣਨ ਦੀ ਕੋਸ਼ਿਸ਼ ਦੇ ਵਿੱਚ ਹੈ, ਉਹ ਕਿੰਨਾ ਕੁ ਅਸਰ ਪਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਆਧਾਰ 'ਤੇ? ਕਿਉਂਕਿ ਸਭ ਦੀ ਨਾ ਇੱਕ ਨਜ਼ਰ ਤਾਂ ਹੈਗੀ ਹੈ ਤੁਹਾਡੇ ਭਾਈਵਾਲ ਅਕਾਲੀ ਦਲ, ਉਹਨਾਂ ਤੋਂ ਸਿੱਖਾਂ ਦੀ ਨਾਰਾਜ਼ਗੀ ਹੈ, ਸਾਰਿਆਂ ਦੀ ਕੋਸ਼ਿਸ਼ ਹੈ ਕਿ ਉਹ ਜਿਹੜਾ ਫਲੋਟਿੰਗ ਵੋਟ ਬੈਂਕ ਹੈ ਨਾ ਉਹ ਸਾਂਭਿਆ ਜਾਵੇ। ਗੁਰਪ੍ਰੀਤ ਜੀ, ਇਹਦੇ 'ਚ ਮੈਂ ਇੱਕ ਗੱਲ ਕਹਿੰਦਾ ਕਿ ਇਹ ਜਿਹੜੇ ਲੋਕ ਨੇ ਮੁੱਦਿਆਂ 'ਤੇ ਅਲੱਗ ਹੋਏ ਨੇ ਆਪਣੇ ਆਪਣੇ ਦਲਾਂ ਤੋਂ, ਚਾਹੇ ਉਹ ਖਹਿਰਾ ਸਾਹਿਬ ਸੀ, ਚਾਹੇ ਉਹ ਬ੍ਰਹਮਪੁਰਾ ਸਾਹਿਬ ਨੇ ਜਾਂ ਬਾਕੀ ਲੋਕ ਨੇ, ਅਤੇ ਨਵੇਂ ਦਲ ਇਹਨਾਂ ਨੇ ਬਣਾਏ ਨੇ, ਉਹ ਮੁੱਦਿਆਂ ਦੇ ਪ੍ਰਤੀ ਪੰਜਾਬ ਦੇ ਲੋਕ ਦੇਖਦੇ ਆ ਕਿ ਕਿੰਨੇ ਕੁ ਸੁਹਿਰਦ ਰਹੇ ਨੇ, ਉਹਦੇ ਲਈ ਕਿੰਨਾ ਸੰਘਰਸ਼ ਕੀਤਾ। ਬ੍ਰਹਮਪੁਰਾ ਸਾਹਿਬ ਅੰਦਰ ਰਹੇ, ਉਸ ਉਹ ਕਹਿੰਦੇ ਆ ਕਿ ਸਰਸੇ ਵਾਲੇ ਸਾਧ ਨੂੰ ਜੋ ਮਾਫ਼ੀ ਦਿੱਤੀ ਅਸੀਂ ਉਸ 'ਤੇ ਬੜੇ ਨਾ ਖੁਸ਼ ਹਾਂ। ਬਈ ਜਦੋਂ ਮਾਫ਼ੀ ਦਿੱਤੀ ਸੀ ਉਸ ਵੇਲੇ ਤੁਸੀਂ ਬੋਲੇ ਨਹੀਂ ਅਤੇ ਤੁਸੀਂ ਰਾਜ ਦਾ ਆਨੰਦ ਭੋਗਿਆ, ਅਤੇ ਉਸ ਤੋਂ ਬਾਅਦ ਤੁਸੀਂ ਹੁਣ ਬਾਅਦ 'ਚ ਆ ਕੇ ਜਦੋਂ ਸਰਕਾਰ ਚਲੀ ਗਈ ਤੁਸੀਂ ਕਹਿ ਰਹੇ ਹੋ। ਫਿਰ ਬ੍ਰਹਮਪੁਰਾ ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਾਂ, ਇਹਨਾਂ 'ਚੋਂ ਬਾਕੀ ਲੋਕ ਵੀ ਕਹਿ ਰਹੇ ਨੇ, ਔਰ ਇਸੇ ਤਰ੍ਹਾਂ ਹੀ ਖਹਿਰਾ ਸਾਹਿਬ ਜਿਹੜੇ ਆ ਉਹ ਵੀ ਮੁੱਦੇ ਲੈ ਕੇ ਅਲੱਗ ਹੋਏ ਨੇ, ਪਰ ਉਹ ਮੁੱਦਿਆਂ 'ਤੇ ਖੁਦ ਕਿੰਨੇ ਖੜ੍ਹੇ ਰਹਿਣਗੇ? ਪੰਜਾਬ ਦੇ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰਦੇ, ਆਪਣੇ ਆਪਣੇ ਛੋਟੇ ਛੋਟੇ ਦਲਾਂ ਦੇ ਲੀਡਰ ਨੇ, ਇਹ ਕੋਈ ਬਹੁਤ ਬੜਾ ਨੁਕਸਾਨ ਨਹੀਂ ਕਰਨਗੇ। ਨਹੀਂ ਤਾਂ ਜੇ ਉਹ ਕਹਿ ਰਹੇ ਹੈ ਗਰੇਵਾਲ ਸਾਹਿਬ, ਜੇ ਟਕਸਾਲੀ ਦੇ ਆਗੂ ਇਹ ਕਹਿ ਰਹੇ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਦੀ ਉਹ ਪ੍ਰੇਜ਼ ਕਰਦੇ ਆ, ਐਡਮਾਇਰ ਕਰਦੇ ਉਹਨਾਂ ਨੂੰ, ਤਾਂ ਪਰੇਸ਼ਾਨੀ ਕੀ ਹੈ? ਜੇ ਉਹ ਜਿੱਤ ਵੀ ਜਾਂਦੇ ਹੈਗੇ ਤਾਂ ਵੀ, ਜੇ ਉਹ ਉਹਨਾਂ ਨੂੰ ਆਪਣਾ ਲੀਡਰ ਇਸ ਸਥਿਤੀ 'ਚ ਮੰਨਦੇ ਹੈ। ਅਸੀਂ ਸਵਾਗਤ ਜੋ ਨਰਿੰਦਰ ਮੋਦੀ ਜੀ ਨੂੰ ਚਾਹੁੰਦੇ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ,
ਤੇ ਪਰ ਉਹਦੇ ਨਾਲ ਨਾਲ ਜਿਹੜੀ ਸੱਚਾਈ ਆ ਉਹ ਇਹ ਆ ਕਿ ਇਹਨਾਂ ਦਲਾਂ ਦਾ ਕੋਈ ਬਹੁਤ ਬੜਾ ਪ੍ਰਭਾਵ ਨਹੀਂ ਹੈ ਔਰ ਇਹ ਗਠਬੰਧਨ ਕਰਕੇ ਵੀ ਸਿਰਫ ਵੋਟਾਂ ਦਾ ਨੁਕਸਾਨ ਕਰਨਗੇ ਹੁਣ ਕਾਂਗਰਸ ਦਾ ਕਰਦੇ ਆ ਜਾਂ ਅਕਾਲੀ ਭਾਜਪਾ ਦਾ ਚਲੋ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਗੁਰਿੰਦਰ ਸਿੰਘ ਬਾਲੀ ਬਾਲੀ ਸਾਹਿਬ ਮੁਕਾਬਲਾ ਸਾਡੇ ਚ ਹੋਣਾ ਚਲੋ ਤੇ ਉਹ ਅੱਗੇ ਵਧੇਗਾ ਜਿਹਦਾ ਜ਼ਿਆਦਾ ਨੁਕਸਾਨ ਕਰ ਦੇਣਗੇ ਠੀਕ ਹੈ ਬਾਲੀ ਸਾਹਿਬ ਕਿਵੇਂ ਦੇਖਦੇ ਹੋ ਗਠਜੋੜ ਜਿਹੜਾ ਬਣ ਰਿਹਾ ਕਿ ਕਾਂਗਰਸ ਦੇ ਲਈ ਕੋਈ ਮੁਸ਼ਕਿਲ ਹੋ ਸਕਦੀ ਹੈ ਕਾਂਗਰਸ ਹਾਲਾਂਕਿ ਬੜੀ ਆਤਮ ਵਿਸ਼ਵਾਸ ਦੇ ਨਾਲ ਲਬਰੇਜ਼ ਆ ਘੱਟੋ ਘੱਟ ਪੰਜਾਬ 'ਚ ਤਾਂ ਪਰ ਫਿਰ ਵੀ ਕੋਈ ਚੁਣੌਤੀ ਨਹੀਂ ਅਸੀਂ ਤਾਂ ਦੇਖੋ ਗੁਰਪ੍ਰੀਤ ਜੀ ਸਾਰੇ ਹਿੰਦੁਸਤਾਨ 'ਚ ਹੀ ਬੜੇ ਵਿਸ਼ਵਾਸ ਨਾਲ ਚੱਲ ਰਹੇ ਹਾਂ ਪੰਜਾਬ ਦੀ ਗੱਲ ਨਹੀਂ ਪੂਰੇ ਹਿੰਦੁਸਤਾਨ 'ਚ ਚੱਲ ਰਹੇ ਹਾਂ ਅਸੀਂ ਜੋ ਕਿ ਉਹਦੇ ਰਿਜ਼ਲਟ ਬੜੀ ਜਲਦੀ ਤੁਹਾਡੇ ਸਾਹਮਣੇ ਆਏ ਨੇ ਉਹ ਦੇਖੇ ਵੀ ਨੇ ਮੈਂ ਪ੍ਰੋਫੈਸਰ ਸਾਹਿਬ ਜੀ ਚਲੋ ਤਿੰਨ ਸਟੇਟਾਂ ਲਈਆਂ ਛੋਟੀ ਗੱਲ ਹੈ ਜੀ ਨਹੀਂ ਨਹੀਂ ਤਿੰਨ ਸਟੇਟਾਂ ਲਈਆਂ 44 ਸੀਟਾਂ ਸਾਡੀਆਂ ਅਤੇ ਤਿੰਨ ਸਟੇਟਾਂ ਅਸੀਂ ਲੈ ਲਈਆਂ ਰੂਲਿੰਗ ਗੌਰਮੈਂਟ ਕੋਲੋਂ ਜਿਹੜੀ ਬਹੁਤ ਜ਼ਬਰਦਸਤ ਕਹਿੰਦੀ ਸਾਹਿਬ ਇਸ ਤੋਂ ਸਾਰਾ ਹਿੰਦੁਸਤਾਨ ਮੁਕਤ ਕਰ ਦੇਵੇਗੇ ਅੱਜ ਚਾਰ ਸਟੇਟਾਂ ਨੇ ਸਾਡੇ ਕੋਲ ਕਿਉਂ ਨਹੀਂ ਕਰਾਂਗੇ ਜੀ ਬਿਲਕੁਲ ਕਰਾਂਗੇ ਜਨਤਾ ਦੁਖੀ ਹੋ ਗਈ ਹਿੰਦੁਸਤਾਨ ਦੁਖੀ ਹੋ ਗਿਆ ਤਾਂ ਹੀ ਮੇਨ ਸਟੇਟਾਂ ਆਈਆਂ ਤਿੰਨ ਸਾਡੇ ਕੋਲ ਜਿਹੜੀ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਬੜੀ ਅੱਛੀ ਗੱਲ ਕਰ ਰਹੇ ਸੀ ਮੈਂ ਉਹਨਾਂ ਦੀ ਗੱਲ ਤੁਹਾਡੇ ਵੀ ਜਿਹੜੇ ਸਵਾਲ ਜਵਾਬ ਸੀ ਬੜੇ ਚੰਗੇ ਸੀ ਪ੍ਰੋਫੈਸਰ ਸਾਹਿਬ ਲਾਸਟ ਤੇ ਤੂੰ ਉੱਤੇ ਜਾ ਕੇ ਡਿਕਲੇਅਰ ਕਰ ਦੇ ਦੁਖੀ ਹੋ ਜਾਣਗੇ ਜੀ ਹੁਣ ਕਿ ਨਹੀਂ ਤਾਂ ਗਾਂਧੀ ਜੀ ਮਾਸਟਰ ਲੀਡਰ ਹੋਣਗੇ ਜਾਂ ਖਹਿਰਾ ਜਾਂ ਖਹਿਰਾ ਜੀ ਜਿਹੜੇ ਨੇ ਉਹ ਮਾਸਟਰ ਲੀਡਰ ਹੋਣਗੇ ਉਹ ਸਾਬਿਤ ਕਰ ਗਏ ਇਸ ਚੀਜ਼ ਨੂੰ ਵੀ ਨਹੀਂ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਤੋਂ ਬਾਹਰ ਹੋਏ ਨੇ ਲੀਡਰ ਉਹ ਹੋਣਗੇ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਗੱਲ ਇਹ ਕਿ ਮੁੱਦਿਆਂ ਦੀ ਲੜਾਈ ਹੋਏਗੀ ਤੁਹਾਡੇ ਕੋਲ ਕੋਈ ਸਟ੍ਰੈਟੇਜੀ ਨਹੀਂ ਹੈਗੀ ਤੁਹਾਡਾ ਕੋਈ ਲੀਡਰ ਨਹੀਂ ਹੈਗਾ ਤੁਹਾਡਾ ਕੋਈ ਸਿਸਟਮ ਨਹੀਂ ਹੈਗਾ ਤੁਹਾਡੀ ਕੋਈ ਭਾਂਤ ਭਾਂਤ ਦੀ ਲੱਕੜੀ ਇਕੱਠੀ ਹੋਈ ਹੋਈ ਹੈਗੇ ਤੇ ਸਾਰੀਆਂ ਹੀ ਪਾਰਟੀਆਂ 'ਚ ਨਿਕਲੇ ਹੋਏ ਨੇ ਜਿਸ ਪਾਰਟੀ 'ਚੋਂ ਤੁਸੀਂ ਛੱਡ ਕੇ ਗਏ ਉਸੇ ਪਾਰਟੀ ਨੂੰ ਤੁਸੀਂ ਕਹਿ ਰਹੇ ਹੋ ਜੀ ਵੈਲਕਮ ਫਿਰ ਆਮ ਆਦਮੀ ਪਾਰਟੀ ਛੱਡੀ ਕਿਉਂ ਫਿਰ ਆਮ ਆਦਮੀ ਪਾਰਟੀ 'ਚ ਜਾਣਾ ਕਿਉਂ ਚਾਹੁੰਦੇ ਹੋ ਫਿਰ ਉਹਨਾਂ ਨੂੰ ਵੈਲਕਮ ਕਿਉਂ ਕਰਦੇ ਹੋ ਤੁਸੀਂ ਸਾਰੀ ਪਾਰਟੀ ਨੂੰ ਨਿਯੋਤਾ ਕਿਉਂ ਦਿੰਦੇ ਹੋ ਕਿ ਸਾਨੂੰ ਨਾਲ ਲੈ ਲਓ ਜੀ ਸਾਨੂੰ ਨਾਲ ਲੈ ਲਓ ਜੀ ਫਿਰ ਹਟੇ ਕਿਉਂ ਬੜੀਆਂ ਚੀਜ਼ਾਂ ਹੈਗੀਆਂ ਨੇ ਇਹੋ ਜਿਹੀਆਂ ਠੀਕ ਹੈ ਚਲੋ ਠੀਕ ਹੈ ਬਾਲੀ ਸਾਹਿਬ ਪੁਆਇੰਟ ਲੈ ਲਿਆ ਤੁਹਾਡਾ ਮੈਂ ਬੂਟਾ ਸਿੰਘ ਬੈਰਾਗੀ ਤੁਹਾਡੇ ਤੋਂ ਬ੍ਰੇਕ ਤੋਂ ਬਾਅਦ ਲੈਣਾ ਇਸੇ ਤੇ ਰਿਐਕਸ਼ਨ ਕਿ ਜੇ ਬਾਲੀ ਹੋਰਾਂ ਦਾ ਸਵਾਲ ਹੈ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਛੱਡੀ ਕਿਉਂ ਹੈ ਜੇ ਛੱਡੀ ਹੈ ਤਾਂ ਫਿਰ ਦੁਬਾਰਾ ਆਉਣੇ ਕਿਉਂ ਚਾਹੁੰਦੇ ਨੇ ਤੇ ਉਹ ਵੀ ਕਾਂਗਰਸ ਦੇ ਕੋਈ ਜਮੂੰਦਰੂ ਨਹੀਂ ਗੇ ਤੇ ਇੰਨਾ ਨਾ ਬਾਲੀ ਸਾਹਿਬ ਪਰਸਨਲ ਹੋਣ ਉਹ ਵੀ ਪਹਿਲਾਂ ਅਕਾਲੀ ਦਲ ਦਾ ਹੀ ਪਾਰਟ ਰਹੇ ਨੇ ਬੂਟਾ ਸਿੰਘ ਬੈਰਾਗੀ ਤੁਹਾਡੇ ਤੋਂ ਇਹ ਸਵਾਲ ਸੀਗਾ ਪੁੱਛ ਰਹੇ ਗੁਰਿੰਦਰ ਸਿੰਘ ਬਾਲੀ ਜੇ ਆਮ ਆਦਮੀ ਪਾਰਟੀ ਦੇ ਨਾਲ ਹੀ ਦੁਬਾਰਾ ਗਠਜੋੜ ਕਰਨਾ ਹੈ ਜੇ ਉਸੇ ਦੀਆਂ ਨੀਤੀਆਂ 'ਤੇ ਹੀ ਚੱਲਣਾ ਹੈ ਤਾਂ ਫਿਰ ਛੱਡਣ ਦੀ ਕੀ ਲੋੜ ਸੀ ਕੀ ਸਿਰਫ ਆਪਣੀ ਪਾਰਟੀ ਬਣਾਉਣ ਦੇ ਲਈ ਨਹੀਂ ਗੁਰਪ੍ਰੀਤ ਜੀ ਇਹ ਦੋ ਬੁਨਿਆਦੀ ਸਵਾਲ ਆ ਉਹਨਾਂ ਦਾ ਆਂਸਰ ਬੜਾ ਪ੍ਰੇਮਾ ਪਸਾਈ ਅਤੇ ਕੰਧ 'ਤੇ ਲਿਖਿਆ ਹੋਇਆ ਵਾ ਜਿਵੇਂ ਪਹਿਲਾਂ ਆਪਣੇ 'ਤੇ ਹੀ ਕਮੈਂਟ ਕਰਾਂ ਅਸੀਂ ਤਾਂ ਇਨਸੈਪਸ਼ਨ ਵਿੱਚ ਆਏ ਹਾਂ ਅਸੀਂ ਤਾਂ ਹਜੇ ਬਣੇ ਹਾਂ ਅਸੀਂ ਤਾਂ ਪੰਜਾਬ ਦੀ ਬਿਹਤਰੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪਰ ਜੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਜਿਹੜੀ 5 ਸਾਲ ਪਹਿਲਾਂ ਕਾਂਗਰਸ ਨੂੰ ਦੇਖਿਆ ਨਹੀਂ ਸੀ ਜਰਦੀ ਜਿਹੜੀ 5 ਸਾਲ ਪਹਿਲਾਂ DMK SP BSP ਨੂੰ ਦੇਖਿਆ ਨਹੀਂ ਸੀ ਜਰਦੀ ਅੱਜ ਉਹਨਾਂ ਦੀ ਪ੍ਰੇਜ਼ ਕਰ ਰਹੀ ਆ ਅਤੇ ਅੱਜ ਉਹਨਾਂ ਨਾਲ ਸਮਝੌਤੇ ਅਲਾਇੰਸ ਕਰਨ ਨੂੰ ਕਾਹਲੀ ਹੋਈ ਪਈ ਆ ਕਹਿਣ ਦਾ ਮਤਲਬ ਕਿ ਸਟੈਂਡ ਕੋਈ ਨਹੀਂ ਆਈਡੀਓਲੋਜੀ ਕੋਈ ਨਹੀਂ ਇਸ਼ੂ ਕੋਈ ਨਹੀਂ ਜਿੱਥੇ ਗਏ ਉਹੋ ਜਿਹੇ ਹੋ ਗਏ ਆ ਇਹੀ ਤੁਹਾਡੇ ਤੇ ਲਾਗੂ ਹੁੰਦਾ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਆਮ ਆਦਮੀ ਪਾਰਟੀ ਦੇ ਨਾਲ ਜਾਣ ਦੀ ਇਹੀ ਚੌਕਟਾ ਸਰ ਉੱਥੇ ਮੈਂ ਤਾਂ ਸ਼ੁਰੂ ਆਪਦੇ ਤੇ ਕੀਤਾ ਬਈ ਅਸੀਂ ਤਾਂ ਗੁਰਪ੍ਰੀਤ ਜੀ ਮੈਂ ਤਾਂ ਸ਼ੁਰੂ ਆਪਦੇ ਤੋਂ ਕੀਤਾ ਵੀ ਅਸੀਂ ਤਾਂ ਹਜੇ ਹੋਂਦ 'ਚ ਆਏ ਹਾਂ ਤੇ ਅਸੀਂ ਪੰਜਾਬ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਕਿਉਂਕਿ ਅਕਾਲੀ ਦਲ ਪੰਜਾਬ ਬਚਾਉਣ ਨਹੀਂ ਕੁਰਸੀ ਬਚਾਉਣ ਕੈਪਟਨ ਸਾਹਿਬ ਵਿੱਚ ਨਾ ਬੋਲੀਏ ਫਿਰ ਮੈਂ ਬੋਲੂ ਸਵਾਦ ਜਿਹਾ ਨਹੀਂ ਆਉਣਾ ਦੇਖੋ ਅਸੀਂ ਚਾਹੁੰਦੇ ਵੀ ਅਕਾਲੀ ਦਲ
ਕਾਂਗਰਸ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਰਿਐਲਿਟੀ ਵਿੱਚ ਬਰਬਾਦ ਕੀਤਾ ਬਈ, ਉਹ ਨਾ, ਕਿਉਂਕਿ ਅੱਜ ਵੀ ਪੰਜਾਬ ਦੇ ਇੰਟਰਸਟ ਨਹੀਂ ਪੂਰੇ ਜਾ ਰਹੇ। ਹੁਣ ਜੇ ਤੁਸੀਂ ਅਬਚਲ ਨਗਰ ਦੀ ਗੱਲ ਕਰ ਲਓ, ਮਹਾਰਾਸ਼ਟਰ ਦੇ ਐਕਟ ਦੀ ਗੱਲ ਕਰ ਲਓ, ਉਹ ਇੱਕ ਪਾਸੇ ਕਿਕਲੀ ਪੈ ਰਹੀ ਹੈ, ਇੱਕ ਪਾਸੇ ਸਟੇਟਮੈਂਟਾਂ ਆ ਰਹੀਆਂ ਵਾ ਬਈ, ਨਾ ਤਾਂ ਉਹ ਪੰਜਾਬੀਆਂ ਦੇ ਹਿੱਤ, ਨਾ ਪੰਜਾਬ ਦੇ ਹਿੱਤ, ਨਾ ਕੌਮ ਦੇ ਹਿੱਤ, ਇਹਨਾਂ ਕਲਾਸਾਂ ਕੋਲ ਸੁਰੱਖਿਅਤ ਨਹੀਂ। ਗੁਰਪ੍ਰੀਤ ਜੀ, ਅਸੀਂ ਹਜੇ ਹੋਣ ਚਾਹੇ, ਮੈਂ ਤਾਂ ਅੱਜ ਵੀ ਇਨਵੀਟੇਸ਼ਨ ਦਿੰਦਾ ਵੀ ਜਿੰਨੇ ਕੈਪਟਨ ਸਾਹਿਬ ਵਰਗੇ ਸਿਆਣੇ ਬੰਦੇ ਆਮ ਆਦਮੀ ਪਾਰਟੀ ਵਿੱਚ ਆ, ਉਹ ਪੰਜਾਬੀ ਏਕਤਾ ਪਾਰਟੀ ਵਿੱਚ ਆਉਣ, ਕਿਉਂਕਿ ਉਹ ਪੰਜਾਬੀਆਂ ਦੀ ਪਾਰਟੀ ਆ, ਪੰਜਾਬ ਦੇ ਇਸ਼ੂ ਲਈ ਲੜਦੀ ਆ ਤੇ ਪੰਜਾਬ ਦੀ ਗੱਲ ਕਰਦੀ ਆ। ਆਮ ਆਦਮੀ ਪਾਰਟੀ ਤਾਂ ਅੱਜ ਯੂਪੀ ਦੇ ਵਿੱਚ ਕਿਸੇ ਨੂੰ, ਅੱਜ ਉੱਥੇ ਕਿਸੇ ਨੂੰ ਵੀ ਉਹਨਾਂ ਦਾ ਸਟੈਂਡ ਕੋਈ ਨਹੀਂ। ਅੱਜ ਲੋੜ ਆ ਪੰਜਾਬ ਦੇ ਚੰਗੇ ਬੰਦੇ ਆ ਜਿਹੜੇ ਪੰਜਾਬੀ ਏਕਤਾ ਪਾਰਟੀ ਵਿੱਚ ਆਉਣ। ਨਹੀਂ ਪਰ ਪੰਜਾਬ ਦੇ ਚੰਗੇ ਬੰਦੇ ਆਉਣ, ਪਰ ਉਹਦੇ ਲਈ ਜ਼ਰੂਰੀ ਹੈ ਵੀ ਤੁਹਾਡਾ ਆਈਡੀਓਲੋਜੀ ਕੀ ਹੈ, ਤੁਹਾਡਾ ਪ੍ਰੋਗਰਾਮ ਕੀ ਹੈ, ਇਹ ਤਾਂ ਬੜਾ ਜ਼ਰੂਰੀ ਹੈ ਨਾ ਬੈਰਾਗੀ ਸਾਹਿਬ। ਜੇ ਕਿਸੇ ਨੂੰ ਕੁਛ ਦੇਖ ਹੀ ਨਹੀਂ ਰਿਹਾ ਤਾਂ ਵਾਜਾ ਮਾਰ ਮਾਰ ਕੇ ਤਾਂ ਸੱਦੇ ਨਹੀਂ ਜਾਣੇ, ਵਾਜਾ ਮਾਰ ਮਾਰ ਕੇ ਨਹੀਂ ਸੱਦੇ ਜਾਣੇ। ਫਿਰ ਸਰ ਮੈਂ ਆ ਰਿਹਾ ਜੀ, ਮੈਂ ਆਈਡੀਓਲੋਜੀ ਤੇ ਹੀ ਆ ਰਿਹਾ, ਮੈਂ ਸਰ ਆਈਡੀਓਲੋਜੀ ਤੇ ਆ ਰਿਹਾ। ਗੁਰਪ੍ਰੀਤ ਜੀ, ਮੈਂ ਆਈਡੀਓਲੋਜੀ ਤੇ ਆ ਰਿਹਾ। ਚਲੋ ਬੈਰਾਗੀ ਸਾਹਿਬ ਹੁਣ ਦੁਬਾਰਾ ਆ ਰਹੇ ਤੁਹਾਡੇ ਕੋਲ, ਠੀਕ ਹੈ। ਗੁਰਿੰਦਰ ਸਿੰਘ ਬਾਲੀ ਦੀ ਆਈਡੀਓਲੋਜੀ ਦੀ ਗੱਲ ਕਰਦੇ ਹੋ, ਠੀਕ ਹੈ, ਦੁਬਾਰਾ ਆ ਰਿਹਾ। ਨਹੀਂ ਐ ਨਾ ਕਰੋ, ਹੁਣ ਸਵਾਲ ਵੱਡਾ ਸਾਰਾ ਪੁੱਛ ਲਿਆ, ਆਨਸਰ ਵੀ ਲੈ ਲਓ ਜੀ। ਮੈਂ ਬੈਰਾਗੀ ਸਾਹਿਬ, ਟਾਈਮ ਘੱਟ ਹੈ, ਇਸ ਕਰਕੇ ਮਰਜ਼ੀ ਆ ਤੁਹਾਡੀ, ਚੁੱਪ ਕੋਈ ਨਹੀਂ, ਹੁੰਦਾ ਰਹੂਗਾ ਡਿਸਕਸ ਕਿਹੜਾ ਆਪਾਂ ਪਹਿਲੀ। ਸਰ ਫਿਰ ਸਵਾਲ ਬੜਾ ਰੈਲੀਵੈਂਟ ਆ ਨਾ, ਤੁਸੀਂ ਆਈਡੀਓਲੋਜੀ ਦੀ ਗੱਲ ਕਰਦੇ ਹੋ ਤੇ ਬੋਲਣ ਲਈ ਬੰਦੇ ਨੂੰ 2 ਸੈਕਿੰਡ ਨਹੀਂ ਦਿੰਦੇ। ਮੈਨੂੰ ਪਤਾ ਹੈ ਤੁਹਾਡੀ ਕੀ ਆਈਡੀਓਲੋਜੀ, ਘੱਟੋ ਘੱਟ ਅੱਧੇ ਘੰਟੇ ਦਾ। ਚਲੋ ਠੀਕ ਹੈ, ਤੁਸੀਂ ਆਈਡੀਓਲੋਜੀ ਦੱਸ ਲਓ, ਅੱਜ ਰੈਲੀਵੈਂਸ ਆਈਡੀਓਲੋਜੀ ਕਿਹੜੀ ਹੈ। ਚਲੋ ਠੀਕ ਹੈ ਦੱਸ ਲਓ, ਕੋਈ ਗੁੱਸੇ ਨਾ ਹੋ, ਰਾਈਟੈਸਟ ਆਈਡੀਓਲੋਜੀ ਰੈਲੀਵੈਂਟ ਆ ਕਿਹੜੀ ਹੈ। ਬੈਰਾਗੀ ਸਾਹਿਬ ਗੁੱਸੇ ਨਾ ਹੋ, ਜਾਈਏ ਸਰ, ਫਿਰ ਨਾ ਉਹ ਰੈਲੀਵੈਂਟ ਆ ਦੇਖਣ ਵਾਲੀ ਗੱਲ ਹੈ, ਤੁਸੀਂ ਉਹ ਆਈਡੀਓਲੋਜੀ ਤੇ ਸਪੈਸ਼ਲ ਲੈਕਚਰ ਰੱਖੋ ਜਾਂਦਾ। ਚਲੋ ਕੋਈ ਨਹੀਂ, ਰੱਖ ਲਾਂਗੇ ਆਪਾਂ, ਠੀਕ ਹੈ। ਗੁਰਿੰਦਰ ਸਿੰਘ ਬਾਲੀ, ਬਾਲੀ ਸਾਹਿਬ ਤੁਹਾਡੇ ਤੋਂ ਇੱਕ ਬੜਾ ਬੁਨਿਆਦੀ ਜਿਹਾ ਸਵਾਲ ਹੈ ਜੀ। ਤੁਸੀਂ ਇਸ ਕਰਕੇ ਮਜ਼ਬੂਤ ਆਪਣੇ ਆਪ ਨੂੰ ਕਹਿੰਦੇ ਹੋ, ਦਾਵਾ ਕਰਦੇ ਹੋ, ਕਿਉਂਕਿ ਪੰਜਾਬ ਦੇ ਵਿੱਚ ਕੋਈ ਆਪੋਜੀਸ਼ਨ ਨਹੀਂ ਤੁਹਾਨੂੰ ਸਟਰੋਂਗ ਹੈਗੀ, ਪਰ ਜੇ ਲੋਕਾਂ ਤੋਂ ਤੁਸੀਂ ਵੋਟ ਮੰਗਣੇ ਆ, ਪੰਜਾਬ ਦੇ ਵਿੱਚ ਵੀ ਤੁਸੀਂ ਦੇਸ਼ ਦੇ ਵਿੱਚ ਵੀ ਵੋਟ ਮੰਗਣੇ ਆ, ਤਾਂ ਪੰਜਾਬ ਦੇ ਵਿੱਚ ਤੁਸੀਂ ਕੀਤਾ ਕੀ ਹੈ ਜਿਹਦੇ ਆਧਾਰ 'ਤੇ ਲੋਕ ਤੁਹਾਨੂੰ ਵੋਟ ਪਾਉਣ? ਅਕਾਲੀ ਦਲ ਦੇ ਖਿਲਾਫ ਲੋਕਾਂ ਦਾ ਇੱਕ ਗੁੱਸਾ ਹੈ, ਠੀਕ ਹੈ, ਉਹ ਇਮੋਸ਼ਨਲ ਹੈ, ਸੈਂਟੀਮੈਂਟਲ ਹੈ, ਉਹ ਹਲੇ ਨਹੀਂ ਨਿਕਲ ਰਿਹਾ ਲੋਕਾਂ ਦਾ, ਉਹ ਇੱਕ ਅਲੱਗ ਗੱਲ ਹੈ। ਪਰ ਤੁਸੀਂ ਵੀ ਲੋਕਾਂ ਦੀ ਭਲਾਈ ਦੇ ਲਈ ਵੀ ਤੁਸੀਂ ਵੀ ਕੀ ਕੀਤਾ? ਦੇਖੋ ਗੱਲ ਇਹ ਹੈ ਕਿ ਤੁਹਾਡੇ ਕੋਲ ਟਾਈਮ ਵੀ ਬੜਾ ਘੱਟ ਹੈਗਾ ਇਸ ਗੱਲ ਦਾ, ਸਾਡੀ ਇਹੀ ਗੱਲ ਹੈਗੀ, ਇੱਕ ਪੈਨਲਿਸਟ ਬਹੁਤ ਨੇ, ਇੱਕ ਟਾਈਮ ਵੀ ਬੜਾ ਘੱਟ ਹੈਗਾ। ਜਿਹੜੀ ਖਹਿਰਾ ਸਾਹਿਬ ਦੀ ਗੱਲ ਕਰਦੇ ਨੇ ਜਾਂ ਆਪਣਾ ਪੰਜਾਬ ਦੀ ਆਪਣੀ ਪੰਜਾਬੀਅਤ ਦੀ ਗੱਲ ਕਰਦੇ, ਆਪਾਂ ਸਾਰੇ ਪੰਜਾਬੀ ਬੈਠੇ ਹਾਂ, ਸਾਰੇ ਆਪਾਂ ਇੱਕ ਹੀ ਹੈਗੇ ਹਾਂ। ਦੂਸਰੀ ਗੱਲ ਇਹ ਹੈਗੀ ਕਿ ਜਿਹੜਾ ਧੋਖਾ ਹੋਇਆ, ਖੈਰ ਆਮ ਆਦਮੀ ਪਾਰਟੀ ਵਾਲੇ ਜਵਾਬ ਦਿੰਦੇ ਤਾਂ ਜ਼ਿਆਦਾ ਚੰਗੀ ਗੱਲ ਹੁੰਦੀ, ਇਹਨਾਂ ਨੇ ਕਾਂਗਰਸ ਦੀ ਗੱਲ ਕੀਤੀ, ਮੈਂ ਤਾਂ ਜਵਾਬ ਦੇ ਰਿਹਾ। ਲੋਕਾਂ ਨਾਲ ਧੋਖਾ ਕੀ ਹੋਇਆ? ਜਦੋਂ ਸੀਟ ਦੀ ਗੱਲ ਆਉਂਦੀ ਹੈ, ਤੁਹਾਨੂੰ 20 ਸੀਟਾਂ ਪਹਿਲੇ ਮਿਲੀਆਂ, ਲੋਕਾਂ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ, ਲੋਕਾਂ ਨੇ ਤੁਹਾਡੇ 'ਤੇ ਮਾਨ ਸਨਮਾਨ ਦਿੱਤਾ ਤੁਹਾਨੂੰ ਉਹਨਾਂ ਨੇ, ਤਾਂ ਤੁਸੀਂ ਲੋਕਾਂ ਨਾਲ ਕੀ ਕੀਤਾ 1.5 ਸਾਲ ਦੇ ਵਿੱਚ? ਜਿੱਦਾਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ, ਵਿਸ਼ਵਾਸ ਤਾਂ ਲੋਕਾਂ ਨੇ, ਕਰਜ਼ਾ ਮਾਫ਼ ਹੋਣ ਦਾ ਵੀ ਕੀਤਾ, ਵਿਸ਼ਵਾਸ ਤਾਂ ਲੋਕਾਂ ਨੇ ਕੀਤਾ ਨਾ ਕਿ ਮੁਕੰਮਲ ਕਰਜ਼ਾ ਮਾਫ਼ ਹੋਊਗਾ, ਵਿਸ਼ਵਾਸ ਤਾਂ ਲੋਕਾਂ ਨੇ ਇਹ ਵੀ ਕੀਤਾ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿਲਣਗੀਆਂ, ਜੇ ਨਾ ਮਿਲਣਗੀਆਂ ਤਾਂ ਉਹਦੇ ਨਾਲ ਸਭ ਪ੍ਰੋਮਿਸ ਇਹ ਸੀਗਾ ਕਿ 2500 ਪੱਤਾ ਮਿਲੂਗਾ। ਹੁਣ ਬਾਲੀ ਸਾਹਿਬ ਸੁਣ ਲਓ ਮੇਰੀ ਗੱਲ, ਨਾਲ ਪ੍ਰੋਮਿਸ ਇਹ ਵੀ ਸੀਗਾ ਜੇ ਨੌਕਰੀਆਂ ਉਹਨਾਂ ਮਿਲੀਆਂ ਤਾਂ 2500 ਬੇਰੋਜ਼ਗਾਰੀ ਪੱਤਾ ਮਿਲੂਗਾ, ਵਿਸ਼ਵਾਸ ਤਾਂ ਇਹ ਵੀ ਕੀਤਾ ਲੋਕਾਂ ਨੇ। ਗੁਰਪ੍ਰੀਤ ਜੀ, ਹਜੇ ਤੱਕ ਸਕੂਲਾਂ 'ਚ ਵਰਦੀਆਂ ਨਹੀਂ ਪਹੁੰਚੀਆਂ ਤੇ ਗੱਲਾਂ ਕਰਦੇ ਸੀ PhD ਤੱਕ ਮੁਫ਼ਤ ਐਜੂਕੇਸ਼ਨ ਦੇਣ ਦੀ। ਇਹ ਤਾਂ ਬੜੇ ਛੋਟੇ, ਹਾਂ, ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਮਤਲਬ ਤੁਸੀਂ ਵਰਦੀਆਂ ਨਹੀਂ ਮੁਹੱਈਆ ਕਰਵਾ ਪਾ ਰਹੇ, ਇਹ ਤਾਂ ਬੜੀਆਂ ਛੋਟੀਆਂ ਸਮੱਸਿਆਵਾਂ ਨੇ। ਕਰ ਲਓ ਤੁਸੀਂ, ਕਰ ਲਓ, ਬੁਨਿਆਦੀ ਸਵਾਲ ਨਹੀਂ ਹਾਲੇ ਤੱਕ ਹੱਲ ਹੋਏ ਬਾਲੀ ਸਾਹਿਬ।
ਫਿਰ ਟਾਈਮ ਨਹੀਂ ਮਿਲਣਾ ਇਹਨਾਂ ਇਹਨਾਂ ਨੇ ਦੇਣਾ। ਚਲੋ ਠੀਕ ਹੈ ਬਾਲੀ ਸਾਹਿਬ, ਆਉਂਦੇ ਆਪਾਂ ਇਸ਼ੂ ਤੇ ਆਓ ਹੁਣ ਪੁਆਇੰਟ ਤੇ। ਪੁਆਇੰਟ ਇਹ ਹੈ ਕਿ ਵਿਸ਼ਵਾਸ, ਮੈਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਗਣਾਈਆਂ, ਵਿਸ਼ਵਾਸ ਇਹ ਵੀ ਕੀਤਾ ਲੋਕਾਂ ਨੇ। ਨਹੀਂ 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 ਮੇਰੀ, ਤੁਸੀਂ ਵਿਸ਼ਵਾਸ ਇਹ ਵੀ ਕੀਤਾ ਹੈਗਾ ਲੋਕਾਂ ਨੇ, ਜੇ ਬਾਹਰਲੀਆਂ ਸਟੇਟਾਂ 'ਚ ਦੂਜੀਆਂ ਸਟੇਟਾਂ ਨਾਲ ਕੀ ਹੋ ਰਿਹਾ, ਸਾਡੇ ਨਾਲ ਕੀ ਹੋ ਰਿਹਾ ਪੰਜਾਬ 'ਚ, ਤੁਸੀਂ ਇਹ ਵੀ ਤਾਂ ਵੇਖੋ ਕੀ ਹੋ ਰਿਹਾ ਪੰਜਾਬ ਦੇ ਅੰਦਰ। ਜਿੰਨਾ ਕੁ ਲੋਨ ਛੱਡ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਉਹਨਾਂ ਛੱਡ ਰਹੇ ਨੇ। ਤੁਸੀਂ 50,000 crore ਰੁਪਏ ਦੇ ਨਾਲ ਸਕੀਮਾਂ ਚੱਲ ਰਹੀਆਂ ਨੇ, ਸਾਡੇ ਕੋਲ 1,000 crore ਰੁਪਏ ਦੀ ਸਕੀਮ ਨਹੀਂ ਹੈਗੀ ਪੰਜਾਬ ਦੇ ਅੰਦਰ, ਪੰਜਾਬ ਦੇ ਅੰਦਰ ਸਾਡੇ ਕੋਲ ਪੈਸਾ ਦੇਣ ਚੁੱਕਾ ਨਹੀਂ ਹੈ ਪੰਜਾਬ ਦੇ ਅੰਦਰ। ਪਿਛਲੀ ਸਰਕਾਰ ਕੀ ਕਰ ਗਈ ਹੈ ਤੁਹਾਡੇ ਸਾਹਮਣੇ, ਹੋਸਪਿਟਲ ਤੱਕ ਗਿਰਵੀ ਰੱਖ ਗਈ ਹੈ, ਜੇਲ੍ਹਾਂ ਤੱਕ ਗਿਰਵੀ ਰੱਖ ਗਈ ਹੈ, ਡੀਸੀ ਆਫਿਸ ਤੱਕ ਗਿਰਵੀ ਰੱਖ ਗਈ ਹੈ। ਰੈਵਨਿਊ ਕਿੱਥੋਂ ਲਿਆਓਗੇ, ਟੈਕਸ ਅਸੀਂ ਲਾ ਨਹੀਂ ਸਕਦੇ, GST ਤੁਸੀਂ ਲਾਇਆ ਹੋਇਆ ਹੈਗਾ ਪੰਜਾਬ 'ਚ, ਤੁਸੀਂ ਨੋਟਬੰਦੀ ਤੁਸੀਂ ਕਰ ਦਿੱਤੀ ਹੈਗੀ ਹੈ, ਇੰਡਸਟਰੀ ਤੁਸੀਂ ਬਰਬਾਦ ਕਰ ਦਿੱਤੀ ਹੈਗੀ ਪੰਜਾਬ ਦੇ ਅੰਦਰ, ਕਿੱਥੋਂ ਲਿਆਓਗੇ ਲਿਆਓਗੇ ਤਾਂ ਜਦੋਂ ਸੈਂਟਰ ਸੱਤਾ ਛੱਡੀ ਰੀਇਲੈਕਸ਼ਨ ਕਰਾ ਲਓ ਜਿਹੜਾ ਕਰ ਸਕਦਾ ਉਹ ਕਰ ਲਓ। ਇੱਕ ਮਿੰਟ ਤੁਹਾਡੇ ਨਹੀਂ ਨਹੀਂ ਤੁਹਾਡੇ ਨਾਲ ਉਹ ਤੁਸੀਂ ਪਹਿਲੇ ਆਓ ਤਾਂ ਸਹੀ ਉਸ ਸਰ ਤੇ ਫਿਰ ਗੱਲ ਕਰਨਾ, ਪਹਿਲੇ 2 MLA ਲੈ ਕੇ ਤੁਰੇ ਫਿਰਦੇ ਹੋ ਤੁਸੀਂ, ਤੁਸੀਂ ਪਹਿਲੇ ਆਓ ਉਸ ਸਰ ਤੇ ਫਿਰ ਗੱਲ ਕਰੋਗੇ, ਤੁਹਾਡੀ ਗੱਲ ਤਾਂ ਕੀ ਜਵਾਬਦੀ ਹੈ, ਪੰਜਾਬ ਦਾ ਪਾਣੀ ਲੈ ਕੇ ਆਏ ਤੁਸੀਂ, ਉਹ ਤੁਸੀਂ ਚੋਸੀ ਛੱਡੋ, ਤੁਸੀਂ ਛੱਡੋ ਇਹਨਾਂ ਗੱਲਾਂ ਨੂੰ, ਮੁੱਲ ਲਿੱਤਾ ਤੁਸੀਂ, ਤੁਸੀਂ ਕੀ ਕੀਤਾ ਉੱਥੇ BJP ਸਰਕਾਰ ਹੈ ਤੇ ਰਾਜਸਥਾਨ ਚ ਹੋਰ ਕਾਂਗਰਸ ਸਰਕਾਰ ਹੈ, ਪੰਜਾਬ ਦਾ ਪਾਣੀ ਬਾਹਰ ਤੇ ਤੁਸੀਂ ਮੈਨੂੰ ਕਹਿੰਦਾ ਪੰਜਾਬ ਚ ਪਾਣੀ ਵਾ, ਤੁਹਾਡੀ ਕਾਂਗਰਸ ਸਰਕਾਰ ਦੀ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ, ਇਹਨਾਂ ਦੀ ਗੱਲ ਦਾ ਜਵਾਬ ਨਹੀਂ ਦਿਆਂਗਾ ਮੈਂ। 2 ਬੰਦੇ ਨੇ MLA, ਤੁਸੀਂ ਪਹਿਲੇ ਸਾਡੇ ਸਤਰ ਤੇ ਆਓ ਫਿਰ ਗੱਲ ਕਰਾਂਗੇ। ਗੁਰਪ੍ਰੀਤ ਜੀ, ਬਾਲੀ ਸਾਹਿਬ ਸਾਡੇ ਬਹੁਤ ਅਜੀਤ ਤੇ ਸਿਆਣੇ ਪਰਮ ਮਿੱਤਰ ਨੇ, ਇਹਨਾਂ ਤੋਂ ਪੁੱਛੋ ਜੋ ਪਿਛਲੇ 10 ਸਾਲ ਪੰਜਾਬ ਉਜੜ ਰਿਹਾ ਸੀ ਉਦੋਂ ਇਹ ਕੀ ਕਰਦੇ ਸੀਗੇ, ਉਦੋਂ ਇਹ ਕੀ ਕਰਦੇ। ਠੀਕ ਹੈ ਸਰ, ਉਹ ਜਨਰਲ ਡਿਸਕਸ਼ਨ ਹੈ, ਅੱਜ ਆਪਾਂ ਇਸ਼ੂ ਤੇ ਰਹਿੰਦੇ ਹਾਂ। ਗਰੇਵਾਲ ਸਾਹਿਬ, ਗਰੇਵਾਲ ਸਾਹਿਬ ਤੁਹਾਡੇ ਲਈ ਹੁਣ ਸਮੱਸਿਆ ਜਿਹੜੀ ਹੈ ਉਹ ਇਹ ਕਿ ਅਕਾਲੀ ਦਲ ਜਿਸ ਨੂੰ ਰੈਪ੍ਰਜੈਂਟ ਕਰਦਾ ਜਿਹੜੀ ਕਲਾਸ ਨੂੰ, ਉਸ ਕਲਾਸ ਦਾ, ਉਸ ਭਾਈਚਾਰੇ ਦਾ ਅਕਾਲੀ ਦਲ 'ਤੇ ਵਿਸ਼ਵਾਸ ਨਹੀਂ ਹੈ। ਉਹ ਬਹੁਤ ਬੁਰੇ ਤਰੀਕੇ ਦੇ ਨਾਲ ਟੁੱਟ ਚੁੱਕਾ ਹੈ ਅਕਾਲੀ ਦਲ ਤੋਂ। ਅਜਿਹੀ ਹਾਲਤ ਦੇ ਵਿੱਚ ਇਹਦਾ ਅਸਰ, ਇਹਦਾ ਪਰਛਾਵਾਂ ਹੈ ਜਿਹੜਾ ਉਹ ਤੁਹਾਡੇ 'ਤੇ ਵੀ ਪੈਣਾ। ਹੁਣ ਤੁਸੀਂ ਕਿਵੇਂ ਮਜ਼ਬੂਤੀ ਦੇ ਨਾਲ ਚੱਲ ਸਕਦੇ ਹੋ ਲੋਕ ਸਭਾ ਚੋਣਾਂ 'ਚ? ਘੱਟੋ ਘੱਟ ਪੰਜਾਬ ਦੇ ਵਿੱਚ ਤੁਹਾਡੇ ਲਈ ਬੜੀ ਰਾਹ ਔਖੀ ਹੈ, ਕਿਵੇਂ ਦੇਖਦੇ ਹੋ? ਇਸ ਤਰ੍ਹਾਂ ਗੁਰਪ੍ਰੀਤ ਜੀ, ਪਹਿਲੀ ਗੱਲ ਸਮਝ ਲਓ ਕਿ ਅਕਾਲੀ ਦਲ ਦਾ ਇੰਨਾ ਜ਼ਿਆਦਾ ਵੋਟ ਬੈਂਕ ਨਹੀਂ ਖਿਸਕਦਾ, ਉਹ ਫਿਰ ਵੀ ਮਜ਼ਬੂਤ ਰਹਿੰਦਾ। ਜਦੋਂ ਅਕਾਲੀ ਦਲ ਪਲੱਸ ਕਮਜ਼ੋਰ ਭਾਜਪਾ ਹੁੰਦੀ ਆ ਤਾਂ ਕੋਈ ਹੋਰ ਸੀਟਾਂ ਜਿੱਤਦਾ, ਜਦੋਂ ਅਕਾਲੀ ਦਲ ਪਲੱਸ ਮਜ਼ਬੂਤ ਭਾਜਪਾ ਹੁੰਦੀ ਆ ਤਾਂ ਸੀਟਾਂ ਅਕਾਲੀ ਭਾਜਪਾ ਗਠਬੰਧਨ ਜਿੱਤਦਾ। ਅਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਸ ਵਾਰ ਅਸੀਂ ਮਜ਼ਬੂਤੀ ਨਾਲ ਖੜ੍ਹੇ ਹਾਂ, ਸਾਡਾ ਸਾਰਾ ਕੁਝ ਸਟੇਕ 'ਤੇ ਲੱਗਿਆ ਹੋਇਆ, ਅਸੀਂ ਸੀਟਾਂ ਡੈਫੀਨੇਟ ਜਿੱਤਣੀਆਂ ਨੇ ਔਰ ਹਰ ਹਾਲਤ 'ਚ ਜਨਤਾ ਦੇ ਸਾਹਮਣੇ ਅਸੀਂ ਆਪਣੇ ਮੁੱਦੇ ਲੈ ਕੇ ਜਾਣੇ ਹਾਂ ਔਰ ਜਨਤਾ ਦੇ ਸਾਹਮਣੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣੀਆਂ ਔਰ ਸਭ ਕਾ ਸਾਥ ਸਭ ਕਾ ਵਿਕਾਸ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਮੋਦੀ ਸਰਕਾਰ, ਅਸੀਂ ਉਸ ਇਸ਼ੂ 'ਤੇ ਜਾ ਰਹੇ ਹਾਂ ਔਰ ਅਸੀਂ ਪੂਰਾ ਸੰਘਰਸ਼ ਕਰਾਂਗੇ ਔਰ ਡੈਫੀਨੇਟ ਸਾਡੀ ਜਿੱਤ ਹੋਣੀ ਹੈ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਨੂੰ। SGPC ਦੀ ਇਲੈਕਸ਼ਨ ਲੜ ਰਹੀ ਹੈ BJP ਕਿ ਨਹੀਂ ਐਤਕੀ? ਕਿਉਂ ਲੜੂਗੀ BJP SGPC ਦੀ ਇਲੈਕਸ਼ਨ? ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਾਂਗੇ ਡਟ ਕੇ। ਨਾ ਉਹ ਸਰਸਾ ਦਾ ਕਹਿੰਦਾ ਵੀ ਤੁਸੀਂ ਉੱਥੇ ਸਿੱਖ ਫੇਰ ਚ ਇੰਟਰਫੇਅਰ ਕਰ ਰਹੇ ਹੋ। ਵੀ ਮਤਲਬ ਹਾਲੇ ਗਰੇਵਾਲ ਸਾਹਿਬ, ਹਾਲੇ ਤੁਹਾਡੇ ਆਪਣੇ ਜਿਹੜੇ ਮਤਭੇਦ ਨੇ ਉਹ ਨਹੀਂ ਸੁਲਝੇ, ਹਜ਼ੂਰ ਸਾਹਿਬ ਵਾਲਾ ਮਾਮਲਾ, ਤੁਸੀਂ ਅਕਾਲੀ ਦਲ ਤੋਂ ਕੁਰਬਾਨੀ ਲੈ ਹੀ ਲਈ ਹੈ ਫਿਰ।
ਤੁਸੀਂ ਨਹੀਂ ਮੰਨੇ ਮਤਲਬ? ਨਹੀਂ ਨਹੀਂ ਸੁਲਝ ਗਏ, ਸਭ ਸੁਲਝ ਗਏ, ਨਹੀਂ ਕੁਛ ਨਹੀਂ ਸੁਲਝਿਆ, ਤੁਸੀਂ ਕੁਛ ਨਹੀਂ ਸੁਲਝਿਆ, ਤੁਹਾਨੂੰ ਵੀ ਪਤਾ ਕੀ ਹੋਇਆ ਉਹ? ਨਹੀਂ ਨਹੀਂ ਪੁੱਛਿਆ, ਜਾਣਦਾ ਵਿਚਾਰੇ 10 ਸਾਲ ਅੱਜ ਵੀ ਤਿੰਨ ਤੇ ਹੀ ਆ, ਤੁਹਾਨੂੰ ਪਤਾ ਮਤਲਬ ਉਹ ਤੁਸੀਂ ਨਹੀਂ ਸੁਲਝਣ ਦਿੱਤਾ ਫਿਰ? ਅੱਛਾ, ਅਕਾਲੀ ਦਲ ਦੇ ਨਾਲ ਜੇ ਐਡੇ ਛੋਟੇ ਛੋਟੇ ਚੀਜ਼ਾਂ ਨੂੰ ਲੈ ਕੇ ਹਾਲੇ ਪੇਚ ਫਸਿਆ ਹੋਇਆ ਹੈ, ਤਾਂ ਕਿਵੇਂ ਹੁਣ ਤੁਸੀਂ ਦੇਖਦੇ ਹੋ ਫਿਰ ਪੰਜਾਬ ਦੇ ਵਿੱਚ ਇਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਗਰੇਵਾਲ ਸਾਹਿਬ ਜਿਹੜੀਆਂ ਹਾਲੇ? ਅਕਾਲੀ ਦਲ ਨਾਲ ਕੋਈ ਪੇਚ ਨਹੀਂ ਫਸਿਆ ਗੁਰਪ੍ਰੀਤ ਜੀ, ਉਹ ਤਾਂ ਹੁਣ ਫੇਸ ਸੇਵਿੰਗ ਦੇ ਲਈ ਤੁਹਾਡੇ ਦੋਵਾਂ ਦੇ ਵੱਲੋਂ ਆਖਿਆ ਜਾਊਗਾ। ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੀਟਿੰਗ ਹੋ ਗਈ, ਗਲਤ ਫਹਿਮੀਆਂ ਦੂਰ ਹੋ ਗਈਆਂ ਜਿਹੜੀਆਂ ਉਹਨਾਂ ਨੂੰ ਪਈਆਂ ਸੀ, ਅਤੇ ਅਸੀਂ ਕੋਈ ਵੀ ਕਿਸੇ ਵੀ ਧਰਮ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਜਾਂ ਸਾਡੀ NDA ਦੀ ਸਰਕਾਰ ਦਖਲ ਅੰਦਾਜ਼ੀ ਨਹੀਂ ਕਰਦੀ। ਅਸੀਂ ਸੰਵਿਧਾਨ ਦੇ ਮੁਤਾਬਕ ਸਰਕਾਰ ਚਲਾਉਂਦੇ ਹਾਂ, ਸਾਰੇ ਧਰਮਾਂ ਨੂੰ ਖੁੱਲ੍ਹਾ ਆਪਣੀ ਪੂਜਾ ਪੱਤੀ ਦੀ, ਅਸੀਂ ਉਹਦੇ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ, ਨਾ ਭਾਰਤੀ ਜਨਤਾ ਪਾਰਟੀ ਆਰਟੀਕਲ 25(2) ਦਾ ਮਸਲਾ ਬੀਜੇਪੀ ਕਦੋਂ ਹੱਲ ਕਰ ਰਹੀ ਆ? ਜਿਹੜਾ ਅਕਾਲੀ ਦਲ ਦੀ ਪ੍ਰਾਈਮ ਮੰਗ ਸੀਗੀ, ਸਿੱਖ ਸੰਗਤ ਸਿੱਖਾਂ ਨੂੰ ਵੱਖਰੀ ਆਈਡੈਂਟੀ ਨਹੀਂ ਦੇ ਸਕੇ, ਆਰਟੀਕਲ 25(2) ਸਟਿਲ ਦੇਅਰ। ਇਹ ਗਰੇਵਾਲ ਸਾਹਿਬ ਕੋਹਣਾ ਕੋਲੇ ਜਵਾਬ ਨੀਗਾ, ਚਲੋ ਠੀਕ ਹੈ ਜਸਵਿੰਦਰ ਸਿੰਘ ਰਾਜਾ, ਮੈਂ ਲਾਸਟ ਕਮੈਂਟ ਲੈਣਾ ਸਰ ਜਸਵਿੰਦਰ ਸਿੰਘ ਰਾਜਾ, ਸਿਰਫ ਇੱਕ ਰਾਸ਼ਟਰੀ ਸਿੱਖ ਸੰਗਤ ਹੀ ਇਹਨਾਂ ਦਾ ਸੰਗਠਨ ਕਿਉਂ ਸਪੋਰਟਿਵ ਹੈਗਾ ਬਣਾਇਆ ਗਿਆ? ਰਾਸ਼ਟਰੀ ਮੁਸਲਮਾਨ ਸੰਗਠਨ ਕਿਉਂ ਨਹੀਂ ਬਣਾਇਆ ਇਹਨਾਂ ਨੇ? ਹੋਰ ਧਰਮਾਂ ਦੇ ਸੰਗਠਨ ਕਿਉਂ ਨਹੀਂ ਬਣਾਏ? ਨਹੀਂ ਉਹ ਵੀ ਬਣਾਇਆ ਤਾਂ ਹੋਇਆ ਇਹਨਾਂ ਨੇ, ਉਹ ਵੀ ਹੈਗਾ, ਉਹ ਮੁਸਲਮਾਨਾਂ ਦਾ ਵੀ ਸਾਡਾ ਹੈਗਾ। ਗਰੇਵਾਲ ਸਾਹਿਬ ਕਹਿੰਦੇ ਹੈਗਾ ਹਿੰਦੁਸਤਾਨ ਮੁਸਲਿਮ ਮੰਚ ਹੈਗਾ ਸਾਡਾ, ਕਿਸੇ ਮੁਸਲਮਾਨ ਸੰਗਠਨ ਨੇ ਦਾਵਾ ਕੀਤਾ ਵੀ ਇਹਨਾਂ ਦੇ ਉੱਤੇ ਉਹਨਾਂ ਨੇ ਦਖਲਅੰਦਾਜ਼ੀ ਕੀਤੀ? ਨਹੀਂ ਕਰਦੇ, ਸਿਰਫ ਸਿੱਖ ਧਰਮ ਦੇ ਉੱਤੇ ਹੀ ਅੱਖ ਰੱਖੀ ਬੈਠੇ ਨੇ। ਗੁਰਦੁਆਰਿਆਂ ਦੇ ਕਬਜ਼ਾ ਜਿਹੜਾ ਅਕਾਲੀ ਦਲ ਨਾਲ ਰਲ ਕੇ ਉਹਨੂੰ ਕਮਜ਼ੋਰ ਕਰਨ ਦੀ ਆਪਸ ਇੱਕ ਦੂਜੇ ਨੂੰ ਚਾਲਾ ਖੇਡਦੇ ਰਹਿੰਦੇ ਨੇ। ਪਰ ਮੁੱਦਾ ਅੱਜ ਦਾ ਜਿਹੜਾ ਸਭ ਤੋਂ ਵੱਡਾ ਇਸ਼ੂ ਹੈ ਆਉਣ ਵਾਲੀ ਇਲੈਕਸ਼ਨ ਦਾ ਪੰਜਾਬ ਦਾ, ਮੈਂ ਤੁਹਾਨੂੰ ਇੱਕ ਕਹਿ ਦਿਆਂ, ਡੈਮੋਕ੍ਰੇਟਿਕ ਅਲਾਇੰਸ ਫੈਂਸ ਬ੍ਰਦਰ ਵੀ ਸਾਡੇ ਸਪੋਰਟਰ ਨੇ, ਮੋਦੀ ਜੀ ਨੂੰ ਪਸੰਦ ਕਰਦੇ ਆ। ਮੈਂ ਕਿਹਾ ਸਰ ਜਿਹੜਾ ਪੰਜਾਬ ਦੇ ਹਿੱਤ ਲਈ ਖੜੂ, ਮੈਂ ਤੁਹਾਨੂੰ ਇੱਥੇ ਗੱਲ ਕਰਦੇ ਆ, ਜਿਹੜਾ ਪੰਜਾਬ ਦੇ ਹਿੱਤ ਲਈ ਖੜੂ, ਉਹ ਕੋਈ ਵੀ ਅਲਾਇੰਸ ਹੋਵੇ, ਕੋਈ ਵੀ ਗਠਬੰਧਨ ਹੋਵੇ, ਪੰਜਾਬ ਦੇ ਪਾਣੀਆਂ ਦਾ ਮੁੱਲ ਦਵਾਵੇ ਜਾਂ ਕੁਛ ਵੀ, ਪੰਜਾਬ ਦੇ ਹਿੱਤਾਂ ਲਈ ਰਾਤੀ ਖੜੇ, ਅਸੀਂ ਉਹਦੇ ਨਾਲ ਖੜੇ ਆ। ਚਲੋ ਠੀਕ ਹੈ, ਪਰ ਸਵਾਲ ਇਹ ਹੈ ਜਸਵਿੰਦਰ ਸਿੰਘ ਰਾਜਾ, ਜੇ ਤੁਸੀਂ ਇਹ ਲੈ ਕੇ ਉੱਤਰ ਵੀ ਰਹੇ ਹੋ ਕਿ ਪੰਜਾਬ ਦੇ ਪਾਣੀਆਂ ਦਾ ਮੁੱਲ ਦਵਾਵੇ, ਕੌਣ ਦਵਾਊਗਾ? ਤੁਸੀਂ ਯਕੀਨ ਕਰ ਸਕਦੇ ਹੋ ਕਿਸੇ 'ਤੇ? ਤੁਸੀਂ ਵੀ ਕਿਵੇਂ ਦਵਾਓਗੇ? ਕਿਸੇ ਜੋ ਹੁਣ ਤੱਕ ਦੇ ਹਾਲਾਤ ਹੈ, ਕਿਸੇ 'ਤੇ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਫਿਰ ਕਿਵੇਂ ਦਵਾਓਗੇ? ਜਿਹੜੇ ਹਾਲਾਤ ਪੰਜਾਬ ਦੇ ਹੋ ਗਏ ਨੇ, ਅਤੇ ਉਹਦੇ ਲੜਨ ਵਾਸਤੇ ਅਸੀਂ ਮੈਦਾਨ 'ਚ ਹੈਗੇ ਹਾਂ, ਔਰ ਲੋਕਾਂ ਦਾ ਹੀ ਆਪਣੀ ਆਵਾਜ਼ ਲੈ ਕੇ ਜਾ ਰਹੇ ਹਾਂ ਵੀ ਤੁਹਾਡੇ ਮੁੱਦਿਆਂ ਨੂੰ ਅਸੀਂ ਸੋਲਵ ਕਰਾਉਣ ਦੀ ਪਾਵਰ ਰੱਖਦੇ ਹਾਂ। ਇੱਕ ਵਾਰੀ ਸੱਤਾ 'ਚ ਲੈ ਕੇ ਆਓ ਤਾਂ ਤੁਹਾਨੂੰ ਉਸ ਤੋਂ ਬਾਅਦ ਪਤਾ ਲੱਗੂਗਾ ਸਾਡੇ 'ਚ ਕਿੰਨੀ ਇਮਾਨਦਾਰੀ ਹੈ। ਸਾਨੂੰ ਵਰਤ ਕੇ ਦੇਖ ਲਓ, ਬਾਕੀ ਸਾਰਾ ਕੁਝ ਵਰਤ ਕੇ ਦੇਖ ਲਿਆ, ਇੱਕ ਵਾਰੀ ਡੈਮੋਕ੍ਰੇਟ ਅਲਾਇੰਸ ਨੂੰ ਵਰਤ ਕੇ ਦੇਖ ਲਓ। ਚਲੋ ਠੀਕ ਹੈ, ਬਹੁਤ ਸ਼ੁਕਰੀਆ ਜੀ ਸਭ ਦਾ ਇਸ ਵਿਚਾਰ ਚਰਚਾ ਜੁੜਨ ਦੇ ਲਈ। ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ, ਇੱਥੇ ਵਾਇੰਡ ਅਪ ਕਰਦੇ ਹਾਂ। ਅੱਜ ਦੇ ਸਵਾਲ ਦੇ ਜਵਾਬ ਦਾ ਵਕਤ ਹੈ। ਸਵਾਲ ਜੋ ਅਸੀਂ ਦਰਸ਼ਕਾਂ ਤੋਂ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਖਿਲਾਫ ਮਹਾਂਗਠਜੋੜ ਜਿਹੜਾ ਹੈ ਉਹ ਸਿਆਸੀ ਸਮੀਕਰਨ ਬਦਲ ਸਕਦਾ ਹੈ, ਇਹ ਅੱਜ ਦਾ ਸਵਾਲ ਸੀ। ਆਪਣੀ ਰਾਏ ਜੋ ਦਰਸ਼ਕਾਂ ਨੇ ਭੇਜੀ ਉਸ ਦੇ ਮੁਤਾਬਕ 85% ਲੋਕਾਂ ਨੇ ਹਾਂ 'ਚ ਜਵਾਬ ਦਿੱਤਾ, 15% ਲੋਕਾਂ ਨੇ ਨਾ 'ਚ ਜਵਾਬ ਦਿੱਤਾ।